ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਲਵੀ ਪੰਦੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਕਹਿੰਦੇ ਅੱਜ ਮੈਂ ਤੁਹਾਡੀ ਰੀਸ ਲਾ ਲਈ ਛੋਟੀ ਜੀ, ਮੈਂ ਕਿਹਾ ਚਲੋ ਤੁਹਾਡੇ ਵਾਂਗੂ ਥੋੜਾ ਜਿਹਾ ਮਖਮਲੀ ਜੀ ਆਵਾਜ਼ ਦੇ ਵਿੱਚ ਬੋਲ ਕੇ। ਓਹੋ ਮਖਮਲੀ ਆਵਾਜ਼ ਜੀ, ਚਲੋ ਜੀ। ਪਰ ਨਹੀਂ, ਤੁਹਾਡਾ ਅੰਦਾਜ਼ ਬੜਾ ਸੋਹਣਾ ਹੁੰਦਾ, ਤੁਹਾਡਾ ਆਪਣਾ ਅੰਦਾਜ਼ ਹੈ। ਖਿੱਚ ਕੇ ਜੇ ਬੋਲਣਾ। ਅੱਜ ਤਿਆਰੀ ਵੈਸੇ ਪੂਰੀ ਤੁਸੀਂ ਕੀਤੀ ਹੋਈ ਲੱਗਦੀ ਹੈ। ਬਿਲਕੁਲ ਜੀ, ਪੂਰਾ ਅੱਜ ਸਵੈਟਰ ਪਾਇਆ। ਬੜੇ ਚਿਰਾਂ ਬਾਅਦ ਕਦੇ ਸਵੈਟਰ ਨਹੀਂ ਸੀ ਪਾਇਆ, ਹੁਣ ਬਹੁਤ ਟਾਈਮ ਬਾਅਦ ਸਵੈਟਰ ਪਾਇਆ ਜੀ। ਜਦੋਂ ਦਾ ਅੱਗੇ ਪੰਜਾਬ ਦੀ ਗੱਲ ਕਰਦੇ ਆ, ਸਕੂਲ ਕਾਲਜਸ ਦੇ ਵਿੱਚ ਕੁੜੀਆਂ ਦੇ ਵਿੱਚ ਇੱਕ ਤਾਂ ਸਕੀਵੀਆਂ ਹੁੰਦੀਆਂ ਸੀ, ਸਕੀਵੀ ਹੈ ਨਾ, ਤੇ ਸਕੀਵੀ ਬੜੀ ਮਸ਼ਹੂਰ ਸੀ। ਫਿਰ ਇੱਕ ਜੈਕਟਸ ਹੁੰਦੀਆਂ ਸੀ ਜਿਹੜੀਆਂ ਮਾਵਾਂ ਬੁਣ ਕੇ ਬਣਾਉਂਦੀਆਂ ਸੀ ਬਿਨਾਂ ਬਾਹਾਂ ਤੋਂ, ਜਿਵੇਂ ਤੁਸੀਂ ਅੱਜ ਪਾ ਕੇ ਆਏ ਹੋ ਹੈ ਨਾ। ਮੁੰਡਿਆਂ ਦੀ ਬੈਗੀ ਹੁੰਦੀ ਸੀ, ਮੁੰਡਿਆਂ ਦੀ ਬੈਗੀ ਹੁੰਦੀ ਸੀ, ਬੈਗੀਜ਼ ਵੀ ਫਿਰ ਰੈਡੀਮੇਡ ਚੱਲ ਪਈਆਂ ਸੀ ਹੈ ਨਾ। ਤੇ ਜਾਂ ਫਿਰ ਮੈਨੂੰ ਯਾਦ ਆ ਮੇਰੇ ਬਚਪਨ ਦੇ ਵਿੱਚ ਅਕਸਰ ਮਾਤਾ ਜੀ ਨੇ ਨਾ ਉਹ ਬੁਣੇ ਹੋਏ ਸਵੈਟਰ ਹੁੰਦੇ ਸੀ ਬਾਹਾਂ ਵਾਲੇ ਹੈ ਨਾ, ਤੇ ਉਹ 'ਚ ਅਲੱਗ ਅਲੱਗ ਡਿਜ਼ਾਇਨ ਪਾ ਕੇ ਲਿਆਉਣੇ, ਪੁੱਛ ਪੁੱਛ ਕੇ ਦੂਰੋਂ ਦੂਰੋਂ ਡਿਜ਼ਾਇਨ ਆਪਸ ਦੇ ਵਿੱਚ ਲੇਡੀਜ਼ ਨੇ ਸਾਂਝੇ ਕਰਨੇ ਹੈ ਨਾ, ਤੇ ਫਿਰ ਉਹ ਬੁਣੇ ਹੋਏ ਸਵੈਟਰ ਵੀ ਸੋਹਣੇ ਲੱਗਦੇ ਹੁੰਦੇ ਸੀ। ਤੇ ਮੈਂ ਤੁਹਾਨੂੰ ਬੈਗੀ ਦੀ ਗੱਲ ਦੱਸ ਦਿੰਦਾ, ਇਹ ਗੱਲ ਹੋਣੀ ਆ ਜੀ 30 ਸਾਲ ਪੁਰਾਣੀ। ਅੱਛਾ, ਜਦੋਂ ਮੈਂ ਛੋਟਾ ਜਿਹਾ ਸੀ, ਭਲਿਆਂ ਵੇਲਿਆਂ ਦੀ ਜੀ। ਉਦੋਂ ਨਾ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਬਸ ਪੈਸਾ ਟੁੱਕਰ, ਤੁਹਾਨੂੰ ਪਤਾ ਐਸਾ ਵੈਸਾ ਹੀ ਹੁੰਦਾ, ਤੇ ਪਰਿਵਾਰ ਜਿਵੇਂ ਆਮ ਪਰਿਵਾਰਾਂ ਵਾਂਗੂ ਸੀ ਸਾਰੇ, ਜਿਹੜੇ ਸਾਰੇ ਜਿਹੜੇ ਪਰਿਵਾਰਾਂ ਤੇ ਵੀ ਬਸ ਬੈਗ ਹੀ ਲੈਣੀ ਸੀ ਮੇਰੇ ਵੱਡੇ ਭਰਾ ਨੇ, ਤੇ ਉਹ ਉਦੋਂ ਸੀਗਾ ਮੈਨੂੰ ਲੱਗਦਾ ਵੀ ਹੁਣ 14-15 ਸਾਲਾਂ ਦਾ ਲਾ ਲਓ ਤੁਸੀਂ, 16 ਸਾਲਾਂ ਦਾ ਹੋਣਾ। ਉਹਨੇ ਮਹੀਨਾ 2 ਮਹੀਨੇ ਰੌਲਾ ਪਾਈ ਰੱਖਿਆ ਵੀ ਮੈਂ ਬੈਗੀ ਲੈਣੀ ਹੈ। ਘਰਦੇ ਕਹਿੰਦੇ ਅੱਜ ਲੈ ਕੇ ਦਿੰਦੇ ਹਾਂ, ਕੱਲ੍ਹ ਲੈ ਕੇ ਦਿੰਦੇ, ਅੱਜ ਲੈ ਕੇ ਦਿੰਦੇ ਹਾਂ, ਕੱਲ੍ਹ ਲੈ ਕੇ। ਉਹਨਾਂ ਨੇ ਵੀ ਢਾਹ ਭੰਨ ਕਰਕੇ ਕਿਤੇ 4 ਪੈਸੇ ਇਕੱਠੇ ਕਰਨੇ ਹੋਣਗੇ, ਭਾਈ ਨੂੰ ਚਲੋ ਬੈਗੀ ਲੈ ਕੇ ਦੇਣੀ, ਬੜੀ ਵੱਡੀਆਂ ਗੱਲਾਂ ਹੁੰਦੀਆਂ ਸੀ। ਹੁਣ ਜੋ ਬੈਗੀ ਲੈਣੇ ਕੋ ਕੋਟੀ ਲੈਣ ਨੂੰ, ਤੇ ਭਾਈ ਉਹ ਇੱਦਾਂ ਦਾ ਹੀ ਹੁੰਦਾ ਸੀ ਟਾਈਮ ਹੈ ਨਾ। ਤੇ ਮਹੀਨਾ 2 ਮਹੀਨੇ ਘਰਦਿਆਂ ਨੇ ਲਾਏ, ਤੇ ਚਲੋ ਜੀ ਉਹਨੂੰ ਸਾਡੇ ਪਿੰਡ ਨੇੜੇ ਕਸਬਾ ਲੱਗਦਾ ਆਪਾਂ ਮਲੌਦ, ਹਜੇ ਆਪਾਂ ਨੇ ਉਹਨਾਂ ਦਾ ਵੀ ਸਵਾਗਤ ਕਰਨੀ, ਪਰ ਚਲੋ ਘਰਦਿਆਂ ਬਾਅਦ 'ਚ। ਤੇ ਨਾ ਕਸਬਾ ਲੱਗਦਾ ਮਲੌਦ, ਉੱਥੇ ਜਾ ਕੇ ਭਾਈ ਉਹਨੂੰ ਨਾਲ ਲੈ ਕੇ ਗਏ, ਤੇ ਉਹਨੂੰ ਬੜੀ ਵਧੀਆ ਟੌਪ ਦੀ ਬੈਗੀ ਦਵਾ ਕੇ ਲੈ ਗਿਆ। 2 ਮਹੀਨੇ ਗਾਲਾਂ ਖਾਣ ਤੋਂ ਬਾਅਦ ਉਹਨੂੰ ਬੈਗੀ ਦਵਾ ਕੇ ਲਿਆਂਦੀ, ਪਰ ਵਧੀਆ ਦਵਾਤੀ, ਬਹੁਤ ਵਧੀਆ ਬੈਗੀ ਦਵਾਈ। ਉਹ ਪੂਰੀ ਪਸੰਦ ਕਰਦਾ ਹੁੰਦਾ ਸੀ ਬੈਗੀ, ਉਹਨੇ ਬੈਗੀ ਪਾ ਕੇ ਰੱਖਣੀ, ਜਦੋਂ ਫਿਰ ਆਉਣਾ ਉਹਨੇ ਝਾੜ ਕੇ ਆਇਆ ਹੈਂਗ ਤੇ ਟੰਗ ਕੇ ਆਇਆ, ਅੰਦਰ ਟੰਗ ਦੇਣੀ ਵੀ ਮੇਰੀ ਬੈਗੀ ਸਾਂਭ ਕੇ ਰੱਖਣੀ ਹੈ ਜੀ। ਉਹ ਇੱਕ ਦਿਨ ਬ੍ਰਦਰ ਮੇਰਾ ਕੋਈ ਹੋਰ ਤਰ੍ਹਾਂ ਦੀ ਕੋਟੀ ਪਾ ਕੇ ਚਲਾ ਗਿਆ, ਬੈਗੀ ਮੇਰੇ ਬਾਪੂ ਨੇ ਪਾ ਲਈ। ਚਲੋ ਜੀ, ਉਹ ਬੈਗੀ ਪਾ ਕੇ ਲੁਧਿਆਣੇ ਕਿਤੇ ਉਹਨਾਂ ਨੇ ਕੰਮ ਜਾਣਾ ਸੀ, ਕੋਈ ਸਮਾਨ ਲੈਣਾ ਜਾਣਾ ਸੀਗਾ, ਠੰਡ ਦਾ ਟਾਈਮ ਸੀਗਾ, ਲੁਧਿਆਣੇ ਕਿਤੇ ਚਲੇ ਗਿਆ ਰੇਲਵੇ ਸਟੇਸ਼ਨ ਤੇ। ਜਦੋਂ ਰੇਲਵੇ ਸਟੇਸ਼ਨ ਤੇ ਉਤਰੇ, ਉੱਥੇ ਕੋਈ ਵਿਚਾਰੇ ਕਿਸੇ ਨੂੰ ਠੰਡ ਲੱਗਦੀ ਸੀ, ਬੈਠੇ ਕੁੰਗੜਿਆ ਬੈਠਾ, ਉਹਦੇ ਕੱਲੀ ਪਤਲੀ ਟੀ ਜਿਹੜੀ ਬਨੈਣ ਪਾਈ ਹੁੰਦੀ ਉਹ ਪਾਈ ਸੀ ਮੇਰੇ ਬਾਪੂ ਨੇ, ਭਾਈ ਉਹ ਬੈਗੀ ਲਾਹੀ, ਉਹਦੇ ਬੈਗੀ ਪਾਤੀ ਜੀ। ਉਦੋਂ ਬਾਅਦ ਭਾਈ ਘਰੇ ਮੁੜਿਆ, 2 ਦਿਨ ਬ੍ਰਦਰ ਕਹਿੰਦਾ ਬੈਗੀ ਕਿੱਥੇ ਹੈ, ਉਹ ਡਰਦੇ ਦੱਸਣਾ ਵੀ ਬੈਗੀ ਕਿੱਥੇ ਹੈ, ਬਾਪੂ ਕਹਿੰਦਾ ਵੀ ਬੈਗੀ ਤਾਂ ਮੈਂ ਹੁਣ ਉਹਨੂੰ ਦੇ ਆਇਆ, ਹੁਣ ਕਮਾਂ ਦੱਸਾਂ ਬੈਗੀ ਕਿੱਥੇ ਹੈ। ਹਾਂਜੀ, ਤੇ ਚਲੋ ਜੀ ਜਦੋਂ ਫਿਰ ਬ੍ਰਦਰ ਨੂੰ ਪਤਾ ਲੱਗਿਆ, ਬਹੁਤ ਲੜਿਆ, ਫਿਰ ਉਹਨੇ ਸਮਝਾਇਆ ਕਿਉਂਕਿ ਨਿਆਣੇ ਹੁੰਦੇ ਸਮਝਦੇ ਨਹੀਂ, ਨਿਆਣੀ ਮਤ, ਪਰ ਉਹ ਬੈਗੀ ਜਿਹੜੀ ਮਸਾਂ ਜੁੜੀ ਸੀ ਉਹ ਕਿਸੇ ਉਹਨੂੰ ਦੇ ਆਉਂਦੀ ਜਿਹਨਾਂ ਨੂੰ ਬਹੁਤ ਲੋੜ ਸੀ, ਉਹਦੀ ਕਿਸਮਤ ਸੀ, ਉਹਦੀ ਕਿਸਮਤ ਸੀ ਬੈਗੀ, ਕਿੱਥੇ ਗਈ ਉਹ, ਕਿੱਥੇ ਗਈ ਉਹਨੇ, ਬਿਲਕੁਲ। ਗੱਲਾਂ ਬਾਤਾਂ ਇਸੇ ਤਰ੍ਹਾਂ ਦੀਆਂ ਹੀ ਅੱਜ ਤੁਹਾਡੇ ਸਾਰਿਆਂ ਨਾਲ ਅਸੀਂ ਸਾਂਝੀਆਂ ਕਰਾਂਗੇ। ਪਹਿਲਾਂ ਪਰਿਵਾਰਾਂ ਦਾ ਸਵਾਗਤ ਬਹੁਤ ਬਹੁਤ ਜ਼ਿਆਦਾ ਕਰਦੇ ਹਾਂ, ਤੇ ਨਾਲ ਜ਼ਿਕਰ ਕਰ ਦਈਏ ਕਿ ਅੱਜ ਕੁਛ ਵਜ੍ਹਾ ਕਰਕੇ ਫੋਨ ਕਾਲਸ ਤੁਹਾਡੀਆਂ ਅਸੀਂ ਨਹੀਂ ਲੈ ਸਕਾਂਗੇ, ਸੋ ਅੱਜ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣਿਓ। ਬਿਲਕੁਲ ਜੀ, ਨਾਲੇ ਸਨੋਅ ਪੈ ਗਈ ਹੈ ਜੀ ਅੱਜ, ਆਪਾਂ ਨੂੰ ਪਤਾ ਵੀ BC ਸਰੀ ਵੈਨਕੂਵਰ ਏਰੀਆ ਦੇ ਵਿੱਚ ਸਨੋਅ ਬਹੁਤ ਪੈ ਗਈ ਹੈ ਜੀ। ਸਨੋਅ ਪੈਣ ਕਰਕੇ ਮੈਨੂੰ ਲੱਗਦਾ ਵੀ ਭਾਈ ਗੋਪੀ ਹੋਣੀ, ਅਮਰਾਜ ਹੋਣੀ ਉਹ ਕਰਦੇ ਸੀਗੇ ਸਨੋਅ ਇਕੱਠੀ, ਤੇ ਉਹਨਾਂ ਨੇ ਕਿਤੇ ਉਹ ਜਿਹੜੀ ਮਸ਼ੀਨ ਜੀ ਹੁੰਦੀ ਉਹਦਾ ਚੱਪੂ ਜਾਂ ਤਾਰ ਚ ਮਾਰ ਕੇ ਤਾਰ ਤੋੜ ਦਿੱਤੀ ਹੈ ਜੀ, ਤੇ ਸਾਡਾ ਆਹ ਫੋਨ ਜਿਹੜਾ ਇਸ ਟਾਈਮ ਪਿਆ ਇਹ ਚੱਲਦਾ ਨਹੀਂ। ਪਰਿਵਾਰਾਂ ਤੋਂ ਮਾਫੀ ਚਾਹੁੰਦੇ ਹਾਂ ਜੀ, ਤੁਸੀਂ ਕਾਲ ਕਰੋਗੇ ਤਾਂ ਤੁਹਾਡੀ ਕਾਲ ਸਾਡੇ ਤੱਕ ਆਉਣੀ ਨਹੀਂ ਅੱਜ, ਪਰ ਅੱਜ ਸਾਡੀਆਂ ਗੱਲਾਂ ਤੁਸੀਂ ਬਹਿ ਕੇ ਆਰਾਮ ਨਾਲ ਸੁਣਿਓ, ਅਗਲੇ ਆਉਣ ਵਾਲੇ ਮੰਗਲਵਾਰ ਨੂੰ ਜ਼ਰੂਰ ਕਾਲਾਂ ਕਰਿਓ। ਬਿਲਕੁਲ ਜੀ, ਤੇ ਸਪੌਂਸਰਸ ਅਸੀਂ ਜ਼ਰੂਰ ਧੰਨਵਾਦ ਕਰਦੇ ਹਾਂ, ਸੰਧੂ ਐਂਡ ਸਰਾਂ ਮੌਰਗੇਜਸ, ਜੇ ਤੁਹਾਨੂੰ ਸਾਰਿਆਂ ਨੇ ਕਰ ਦਿੱਤੀ ਨਾ ਤੇ ਸੰਧੂ ਐਂਡ ਸਰਾਂ ਇੱਥੇ ਤੁਸੀਂ ਪਹੁੰਚਣਾ, ਆਲਵੇਜ਼ ਕਹਿਣਗੇ ਜੀ ਮੌਰਗੇਜ ਤੁਹਾਡੀ ਅਪਰੂਵ ਹੈ, ਸੋ ਮੌਰਗੇਜ ਦੀ ਅਪਰੂਵਲ ਵਾਸਤੇ ਸੰਧੂ ਐਂਡ ਸਰਾਂ ਮੌਰਗੇਜਸ ਨੂੰ ਹਮੇਸ਼ਾ ਯਾਦ ਰੱਖਿਓ। ਜੇ ਬੈਂਕ ਨੇ ਕਰਤੀ ਨਾ ਤਾਂ ਸੰਧੂ ਐਂਡ ਸਰਾਂ ਕਰਨਗੇ ਹਾਂ ਜੀ। ਤੇ ਜੇ ਤੁਸੀਂ ਕਾਰਾਂ ਦੇ ਟਾਇਰ ਪਵਾਉਣੇ ਤਾਂ ਜਾ ਸਕਦੇ ਹੋ MP ਟਾਇਰ ਤੇ, ਸੋਹਣੇ ਜਿਹੇ ਟਾਇਰ ਪਵਾਓ ਕਿਉਂਕਿ ਟਾਇਰ ਪਾਉਣ ਦਾ ਹੁਣ ਟਾਈਮ ਆ ਜੀ। ਜੇ ਤੁਸੀਂ ਸਨੋਅ ਟਾਇਰ ਪਾਉਣੇ ਨੇ ਖਾਸ ਕਰਕੇ ਆਹ ਦਿਨਾਂ ਦੇ ਵਿੱਚ ਤੁਹਾਡੇ ਕੋਲ, ਚਾਹੇ ਬੈਕ ਵੀਲ ਗੱਡੀ ਆ, ਜਦੋਂ ਸਨੋਅ ਟਾਇਰ ਨਵੇਂ ਪਏ ਹੋਣਗੇ ਐਂ ਜਾਊ 4x4 ਵਾਂਗੂ ਘੁੱਕਦੀ ਗੱਡੀ, ਤੇ ਉੱਥੋਂ ਟਾਇਰ ਪਵਾ ਕੇ ਸਿੱਧੇ ਆ ਜਾਓ ਸ਼ਾਹੀ ਕੇਟਰਿੰਗ ਤੇ, ਤੇ ਸ਼ਾਹੀ ਕੇਟਰਿੰਗ ਤੇ ਆ ਕੇ ਲੈ ਜਾਓ 499 ਦਾ ਫਿਸ਼ ਪਕੌੜਾ, ਆਹ ਪਕਾਇਓ ਪਰਿਵਾਰਾਂ ਨਾਲ, ਛਕਿਓ ਤੇ ਯਾਰਾਂ ਦੋਸਤਾਂ ਨਾਲ ਲਾਇਓ ਮਹਿਫਲ, ਤੇ ਘਰ ਦੇ ਵਿੱਚ ਬਣਾਇਓ ਵਧੀਆ ਪਕੌੜੇ ਛਕੌੜੇ ਵਧੀਆ ਬਣਾਓ, ਕਿਉਂਕਿ ਸਨੋਅ ਦਾ ਟਾਈਮ ਹੈ ਜੀ। ਪਰਿਵਾਰ ਧਿਆਨ ਰੱਖਣ, ਬਹੁਤ ਸਾਰੀ ਸਨੋਅ ਪੈ ਰਹੀ ਆ। ਬਿਲਕੁਲ ਜੀ, ਅੱਜ ਆਪਣੇ ਸ਼ਹਿਰ 'ਚ ਖਾਸ ਕਰਕੇ ਜਾਂ ਆਸੇ ਪਾਸੇ ਦੇ ਸ਼ਹਿਰਾਂ ਦੇ ਵਿੱਚ ਵੀ ਮੈਂ ਫੋਲੋ ਅਪ ਕਰ ਰਹੀ ਸੀ ਟ੍ਰੈਫਿਕ ਦਾ, ਨਿਊ ਵੈਸਟਮਿੰਸਟਰ
ਉਹ ਡਿੱਗ ਗਿਆ ਇੱਕ ਥਾਂ ਤੇ ਉਹ ਜਿਹੜੀਆਂ ਗੱਡੀਆਂ ਸੀ ਆਪਸ ਦੇ ਵਿੱਚ ਟਕਰਾ ਗਈਆਂ ਇੱਕ ਥਾਂ ਤੇ ਲਾਈਟਸ ਚਲੀਆਂ ਗਈਆਂ ਟ੍ਰੈਫਿਕ ਲਾਈਟਸ ਜਿਹੜੀਆਂ ਸੀ ਸੋ ਇਦਾਂ ਕਰ ਕਰਕੇ ਆਵਾਜਾਈ ਅੱਜ ਬਹੁਤ ਆਪਣੀ ਰੁਕਾਵਟ ਦੇ ਵਿੱਚ ਸੀ ਉਹਦੇ ਵਿੱਚ ਬਹੁਤ ਜਿੱਦਾਂ ਹੌਚ ਪੌਚ ਹੋ ਗਿਆ ਸੀਗਾ ਹਨਾ ਪਰ ਇਹ ਮੌਸਮ ਹੀ ਇਹੋ ਜਿਹਾ ਜੀ ਆਪਣੇ ਤਿਆਰੀਆਂ ਘੱਟ ਆ ਤਿਆਰੀ ਘੱਟ ਕਿਉਂਕਿ ਆਪਣੇ ਜ਼ਿਆਦਾਤਰ ਸਨੋਅ ਪੈਂਦੀ ਆ ਘੱਟ ਸੋ ਸਿਟੀ ਵੀ ਇੰਨੀ ਜ਼ਿਆਦਾ ਉਹ ਵੀ ਧਿਆਨ ਨਹੀਂ ਰੱਖਦੇ ਉਹਨਾਂ ਨੂੰ ਹੁੰਦਾ ਵੀ ਚਲੋ ਇੱਕ ਦੋ ਵਾਰੀ ਸਨੋਅ ਪੈਣੀ ਆ ਮਾੜਾ ਮੋਟਾ ਰੌਲਾ ਜਿਹਾ ਪੈ ਕੇ ਖਤਮ ਹੋ ਜਾਣਾ ਵਾ ਜੇ ਕੈਲਗਰੀ ਐਡਮਿੰਟਨ ਵਾਲਾ ਹੁੰਦਾ ਫਿਰ ਉੱਦਾਂ ਸਨੋਅ ਪੈਂਦੀ ਹੁੰਦੀ ਫਿਰ ਤਾਂ ਬੜਾ ਬੁਰਾ ਹਾਲ ਹੋਣਾ ਸੀ ਆਪਣੇ ਪਰ ਸਨੋਅ ਘੱਟ ਪੈਣ ਕਰਕੇ ਗੱਲ ਫੇਰ ਘੁਮਾ ਕੇ ਉੱਥੇ ਆ ਜਾਂਦੀ ਹੈ ਬਈ ਜਦੋਂ ਘਰਾਂ ਦੇ ਵਿੱਚ ਵੋਟਾਂ ਮੰਗਣ ਤੁਹਾਡੇ ਆਉਂਦੇ ਆ ਤੇ ਬਸ ਇੱਕ ਹੀ ਗੱਲ ਹੁੰਦੀ ਆ ਸਾਡੇ ਭੂਆ ਦੇ ਮੁੰਡੇ ਨੂੰ ਬੁਲਾ ਦਿਓ ਜੀ ਸਾਡੇ ਫੁੱਫੜ ਦੇ ਮੁੰਡੇ ਨੂੰ ਬੁਲਾ ਦਿਓ ਸਾਡੇ ਮਾਮੇ ਦੇ ਮੁੰਡੇ ਨੂੰ ਬੁਲਾ ਦਿਓ ਕਦੇ ਭਾਈ ਆਹ ਗੱਲ ਵੀ ਕਰ ਲਿਆ ਕਰੋ ਵੀ ਸਾਡੇ ਭਾਈ ਸਨੋਅ ਬਹੁਤ ਪੈਂਦੀ ਆ ਸਾਡੀ ਅਲੀ ਤਾਂ ਅੱਜ ਤੱਕ ਕਦੇ ਸੋਲਟ ਹੀ ਨਹੀਂ ਪਾਇਆ ਸਾਡੀ ਅਲੀ ਤਾਂ ਅਲੀ ਦੇ ਵਿੱਚ ਤੱਕ ਅੱਜ ਤੱਕ ਕਿਸੇ ਨੇ ਸਨੋਅ ਹੀ ਨਹੀਂ ਰਿਮੂਵ ਕੀਤੀ ਜਾਂ ਸਾਡੇ ਭਾਈ ਬੱਚਿਆਂ ਦਾ ਬੜਾ ਬੁਰਾ ਹਾਲ ਆ ਉਹ ਪੋਰਟੇਬਲਾਂ ਦੇ ਵਿੱਚ ਪੜ੍ਹਦੇ ਆ ਜਾਂ ਭਾਈ ਸਾਡੇ ਹੋਸਪਿਟਲ ਦਾ ਬਹੁਤ ਬੁਰਾ ਹਾਲ ਆ ਸਾਨੂੰ 15-15, 18-18, 20-20 ਘੰਟੇ ਵੀ ਬੈਠ ਕੇ ਵੇਟ ਕਰਨੀ ਪੈਂਦੀ ਹੈ ਇਹ ਚੀਜ਼ਾਂ ਨਹੀਂ ਆਪਾਂ ਪੁੱਛਦੇ ਹੈਗੇ ਬਸ ਉਹਨੂੰ ਬੁਲਾ ਦਿਓ ਉਹਨੂੰ ਬੁਲਾ ਦੇ ਬਸ ਉਹਦੇ ਵਿੱਚ ਹੀ ਆਪਾਂ ਪਲਜੇ ਰਹਿੰਦੇ ਹਾਂ ਉਹਨਾਂ ਨੂੰ ਵੀ ਪਤਾ ਸਾਬ ਆ ਗਿਆ ਵੀ ਭਾਈ ਇਹਨਾਂ ਨੂੰ ਇੰਨਾ ਕੁ ਬਰਾ ਦਿਓ ਦਵਾ ਦਿਆਂਗੇ ਜੀ ਬੀਜਾ ਬਿਸਟਰ ਲਵਾ ਦਿਆਂਗੇ ਉਹ ਕਰਾਉਂਦੇ ਨੇ ਅਤੇ ਇਹ ਚੀਜ਼ਾਂ ਵੱਲ ਆਪਾਂ ਧਿਆਨ ਨਹੀਂ ਦਿੰਦੇ ਤਾਂ ਕਰਕੇ ਬਹੁਤ ਬੁਰਾ ਹਾਲ ਐਲੀਆਂ ਦੇ ਵਿੱਚ ਬਹੁਤ ਮਾੜਾ ਹਾਲ ਹੋਇਆ 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 ਸੋ ਕਈ ਵਾਰੀ ਨਾ ਇਹ ਤੁਹਾਡੀ ਗੱਲ ਬਹੁਤ ਜਾਇਜ਼ ਆ ਆਪਾਂ ਅਕਸਰ ਇਹ ਕਹਿੰਦੇ ਵੀ ਹੁੰਦੇ ਹਾਂ ਹੈ ਨਾ ਕਿਉਂਕਿ ਅੱਜ ਦਾ ਸਾਡਾ ਜਿਹੜਾ ਦਿਨ ਆ ਉਹ ਕੈਨੇਡਾ ਦੇ ਜਿਹੜੀਆਂ ਲੋਕਲ ਗੱਲਾਂ ਬਾਤਾਂ ਉਹ ਤੁਹਾਡੇ ਨਾਲ ਸੀ ਵਿਚਾਰਦੇ ਹੁੰਦੇ ਖਾਸ ਕਰਕੇ ਆਪਣੇ ਸ਼ਹਿਰ ਦੇ ਆਸ ਪਾਸ ਦੇ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਗੱਲਾਂ ਬਾਤਾਂ ਕੋਈ ਇਸ਼ੂਜ਼ ਸਾਹਮਣੇ ਆਉਂਦੇ ਉਹ ਅਸੀਂ ਤੁਹਾਡੇ ਨਾਲ ਵਿਚਾਰਦੇ ਹੁੰਦੇ ਹਾਂ ਅਤੇ ਇਹ ਗੱਲ ਵਾਕਈ ਜਾਇਜ਼ ਆ ਕਿਉਂਕਿ ਹੁਣ ਨਾ ਕਈ ਵਾਰੀ ਆਪਾਂ ਦੇਖਦੇ ਹਾਂ ਪੋਲੀਟੀਸ਼ੀਅਨ ਜਿਹੜੇ ਭਾਵੇਂ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਨਹੀਂ ਉਹਨਾਂ ਨੂੰ ਐਂ ਲੱਗਦਾ ਵੀ ਜਦੋਂ ਕੋਈ ਅਜਿਹੀ ਕਿਤੇ ਗੈਦਰਿੰਗ ਹੁੰਦੀ ਆ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਅਤੇ ਉਹ ਵੀ ਪੰਜਾਬੀ ਭਾਈਚਾਰੇ ਦੇ ਨਾਲ ਅਤੇ ਇੱਕ ਵਾਰੀ ਕਿਤੇ ਉਹ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਹਿ ਦੇਣ ਹੈਨਾ ਤੇ ਆਪਾਂ ਸਾਰੇ ਬੜੇ ਖੁਸ਼ ਹੋ ਜਾਂਦੇ ਆ ਜੀ ਇਹਨਾਂ ਦੇ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸਾਡਾ ਸਤਿਕਾਰ ਕੀਤਾ ਦੇਖੋ ਜੀ ਇੱਕ ਹੈਨਾ ਟੋਪੀ ਵਾਂਗ ਉਹਨਾਂ ਦੇ ਪੱਗ ਦੇ ਦੇਣੀ ਆ ਹਾਂ ਟੋਪੀ ਵਾਂਗ ਹੀ ਪੱਗ ਚੱਕ ਲੈਣੀ ਜਿਹਨੇ ਬਸ ਪੱਗ ਦੇ ਕਹਿੰਦੇ ਬਸ ਹੁਣੇ ਸਾਡਾ ਹੀ ਬਣ ਗਿਆ ਸਾਡਾ ਹੀ ਬਣ ਗਿਆ ਹੈਨਾ ਪਰ ਨਾ ਤਾਂ ਆਪਾਂ ਪੁੱਛਦੇ ਆ ਵੀ ਭਾਈ ਤੁਹਾਡਾ ਏਜੰਡਾ ਕੀ ਆ ਕੀ ਤੁਹਾਡੀ ਜਦੋਂ ਗਾਂ ਤੁਸੀਂ ਜੇ ਆ ਗਏ ਪਾਵਰ ਦੇ ਵਿੱਚ ਤੇ ਤੁਸੀਂ ਕੀ ਕਰੋਗੇ ਉਹ ਤਾਂ ਆਪਾਂ ਬਿਲਕੁਲ ਨਹੀਂ ਪੁੱਛਦੇ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਊ ਬਿਲਕੁਲ ਨਹੀਂ ਪੁੱਛਦੇ ਹੁਣ ਚਾਹੇ ਤਾਂ ਆਪਾਂ ਸਿਹਤ ਸਹੂਲਤਾਂ ਚਾਹੇ ਫਿਰ ਇੱਥੇ ਜਿੱਦਾਂ ਕਿਰਾਏ ਤੇ ਕਿੰਨੇ ਮਹਿੰਗੇ ਕਿਰਾਏ ਹੋ ਗਏ ਰਹਿਣਾ ਕਿੰਨਾ ਇੱਥੇ ਔਖਾ ਹੋ ਗਿਆ ਬੱਚੇ ਜਿਹੜੇ ਨਵੇਂ ਪੜ੍ਹਨ ਆਉਂਦੇ ਆ ਜਾਂ ਫਿਰ ਨਵੇਂ ਪਰਿਵਾਰ ਇੱਥੇ ਰਹਿਣ ਆਉਂਦੇ ਆ ਉਹਨਾਂ ਲਈ ਕਿੰਨਾ ਔਖਾ ਫਿਰ ਜਿਨ੍ਹਾਂ ਨੇ ਘਰ ਲਏ ਆ ਮੋਰਗੇਜਸ ਆ ਜਿਨ੍ਹਾਂ ਦੇ ਕੋਲ ਉਹਨਾਂ ਲਈ ਕਿੰਨਾ ਔਖਾ ਹੋਇਆ ਪਿਆ ਵੀ ਕਿਸ਼ਤ ਕਿੱਥੋਂ ਦੇਣੀ ਆ ਹਨਾ ਸੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਪੁੱਛਣੀਆਂ ਜ਼ਰੂਰ ਦੇਖੋ ਜੀ ਥੋੜੀ ਜਿਹੀ ਸਨੋਅ ਪੈਂਦੀ ਆ ਸਕੂਲ ਬੰਦ ਹੋ ਜਾਂਦੇ ਨੇ ਬੰਦ ਹੋਣਾ ਸਹੂਲਤਾਂ ਹੀ ਨਹੀਂ ਗੀਆਂ ਇਹ ਤਾਂ ਇੱਕ ਬਸ ਧੱਕੇ ਨਾਲ ਆਪਾਂ ਵਾ ਵੀ ਧੱਕੇ ਨਾਲ ਇੱਕ ਟਾਈਮ ਪਾਸ ਕਰੀ ਜਾਂਦੇ ਹਾਂ ਮੁਲਕ ਦੇ ਵਿੱਚ ਪਰ ਜੇ ਡੀਪਲੀ ਜਾ ਕੇ ਸੋਚਦੇ ਆ ਨਾ ਤਾਂ ਕਿਹੜੀ ਚੀਜ਼ ਆ ਜਿਹੜੀ ਇੱਥੇ ਵੀ ਬਹੁਤ ਬੈਸਟ ਆ ਬਿਲਕੁਲ ਕੁਛ ਵੀ ਹੈ ਨਹੀਂ ਅੱਜ ਵੀ ਕਿਹੜੀ ਤਾਂ ਹੈ ਨਹੀਂ ਨਹੀਂ ਬਿਲਕੁਲ ਹੁਣ ਆਪਾਂ ਦੇਖਦੇ ਹਸਪੀਟਲ ਦੀ ਲਾ ਲਓ ਸਕੂਲਾਂ ਦੀ ਲਾ ਲਓ ਉਦੋਂ ਬਾਅਦ ਕੋਈ ਕਿਤੇ ਜ਼ਿਆਦਾ ਪਾਸਪੋਰਟ ਰਿਨਿਊ ਕਰਾਉਣਾ ਹੋਵੇ ਉੱਥੇ ਵੱਡੀਆਂ ਵੱਡੀਆਂ ਗੱਡੀਆਂ ਗੱਡੀਆਂ ਲਾਈਨਾਂ ਲੱਗ ਜਾਂਦੀਆਂ ਨੇ ਕੋਈ ਕਿਸੇ ਨੇ ਸਿਨ ਨੰਬਰ ਲੈਣ ਜਾਣਾ ਵਾ ਸਵੇਰੇ ਜਾਂਦਾ ਬੰਦਾ ਸ਼ਾਮ ਨੂੰ ਰਾਤ ਨੂੰ ਔਖਾ ਹੋ ਕਹਿੰਦਾ ਕਿ ਮੈਨੂੰ ਵਾਰੀ ਨਹੀਂ ਆਉਂਦੀ ਇੰਨਾ ਬੁਰਾ ਹਾਲ ਆਹ ਸਿਸਟਮ ਦੇ ਵਿੱਚ ਇੱਥੇ ਆਪਾਂ ਇਹ ਤਾਂ ਉਹ ਗੱਲਾਂ ਹੋ ਗਏ ਵੀ ਜਦੋਂ ਸਾਡੇ ਵਰਗੇ ਮਲਾਜ ਸਿਲੰਡਰ ਮੋਢੇ ਦੇ ਧਰਕੇ ਚਲਾਉਂਦੇ ਵੀ ਸਿਲੰਡਰ ਬਦਲ ਲੈ ਕੇ ਆਉਣਾ ਜੀ ਸਿਲੰਡਰ ਲੈਣ ਗਿਆ ਨੂੰ ਦਿਹਾੜੀ ਲੰਘ ਜਾਂਦੀ ਸੀਗੀ ਕਹਿੰਦੇ ਸੀ ਵੀ ਇਹ ਕੈਨੇਡਾ ਜੀ ਇੱਥੇ ਨਹੀਂ ਇੱਥੇ ਤਾਂ ਐਂ ਕੰਮ ਹੁੰਦੇ ਨੇ ਕੁਇਕ ਇੱਥੇ ਸਾਰੀ ਦਿਹਾੜੀ ਲੰਘ ਜਾਂਦੀ ਇੱਕ ਸਿਨ ਨੰਬਰ ਲੈ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਤੇ ਇਹ ਵੀ ਪਬਲਿਕ ਟ੍ਰਾਂਜ਼ਿਟ ਦਾ ਜਦੋਂ ਆਪਾਂ ਹਾਲ ਦੇਖਦੇ ਆ ਹਨਾ ਤੇ ਜਿਹੜੇ ਚਲੋ ਜਿਨ੍ਹਾਂ ਪਰਿਵਾਰਾਂ ਕੋਲੇ ਗੱਡੀਆਂ ਦੀ ਸਹੂਲਤ ਆ ਵਧੀਆ ਗੱਲ ਆ ਜਿਨ੍ਹਾਂ ਪਰਿਵਾਰਾਂ ਕੋਲੇ ਨਹੀਂ ਜਾਂ ਫਿਰ ਬੱਚਿਆਂ ਕੋਲੇ ਨਹੀਂ ਤੇ ਉਹ ਵਿਚਾਰੇ ਉੱਥੇ ਸੜਕਾਂ ਤੇ ਖੜੇ ਇਸ ਮੌਸਮ ਦੇ ਵਿੱਚ ਕਿੰਨੇ ਕਿੰਨੇ ਘੰਟੇ ਉਡੀਕ ਕਰਦੇ ਰਹਿੰਦੇ ਆ ਕਿਉਂਕਿ ਬੱਸਾਂ ਪਰ ਹੀ ਇੰਨੀਆਂ ਆਉਂਦੀਆਂ ਕਿ ਤੁਸੀਂ ਜਿਹੜੀ ਪਹਿਲੀ ਬੱਸ ਆਈ ਆ ਉਹਦੇ 'ਚ ਤੁਸੀਂ ਚੜ੍ਹ ਹੀ ਨਹੀਂ ਸਕਦੇ ਬਹੁਤ ਜ਼ਿਆਦਾ ਉਹ ਫੁੱਲੀ ਪੈਕਡ ਹੁੰਦੀਆਂ ਹਨਾ ਦੇਖੋ ਜੀ ਜਦੋਂ ਪਿਛਲੀ ਵੀਕ ਨਹੀਂ ਇੱਕ ਵਾਰੀ ਫੇਰ ਬ੍ਰਿਜ ਬੰਦ ਹੋ ਗਏ ਸੀਗੇ ਸ਼ਾਮ ਜੇ ਨੂੰ ਹਨਾ ਜੀ ਤੇ ਉਦੋਂ ਮੈਂ ਆਉਂਦਾ ਸੀਗਾ ਤਿੰਨ ਕੁੜੀਆਂ ਜਦੋਂ ਆਪਾਂ 91 ਲੈ ਕੇ ਆਉਂਦੇ ਹਾਂ ਐਲੈਕਸ ਬ੍ਰਿਜ 'ਤੇ ਚੜ੍ਹਨਾ ਹੁੰਦਾ ਉਹ ਤੋਂ ਪਹਿਲਾਂ ਇੱਕ ਐਗਜ਼ਿਟ ਨਿਕਲਦਾ ਵਾ ਜਿਹੜਾ ਮੈਕਡੋਨਲ ਦੇ ਕੋਲੋਂ ਦੇ ਘੁੰਮ ਕੇ ਫਿਰ ਬ੍ਰਿਜ 'ਤੇ ਆ ਕੇ ਚੜ੍ਹ ਜਾਂਦਾ ਮੈਂ ਉਦੋਂ ਮੈਕਡੋਨਲ 'ਤੇ ਨੂੰ ਜਾਣਾ ਸੀਗਾ ਜਦੋਂ ਮੈਂ ਉੱਥੋਂ ਰਾਈਟ ਕੀਤੀ ਤਾਂ ਤਿੰਨ ਕੁੜੀਆਂ ਕੰਬਣ ਲੱਗੀਆਂ ਹੋਈਆਂ ਜਿਨ੍ਹਾਂ ਨੇ ਮੈਨੂੰ ਲੱਗਦਾ ਵੀ ਸਰੀ ਵਾਲੇ ਪਾਸੇ ਨੂੰ ਆਉਣਾ ਸੀਗਾ ਹੈ ਅਤੇ ਪਹਿਲਾਂ ਤਾਂ ਮੈਂ ਗੱਡੀ ਰੋਕਣ ਲੱਗਿਆ ਫਿਰ ਮੈਂ ਆਪਣੇ ਆਪ 'ਚ ਸੋਚਿਆ ਵੀ ਉਹਨਾਂ ਨੂੰ ਵੀ ਨਹੀਂ ਚੰਗਾ ਲੱਗਣਾ ਵੀ ਜੇ ਮੈਂ ਉਹਨਾਂ ਨੂੰ ਜਾ ਕੇ ਕਹੂੰਗਾ ਕਿਉਂਕਿ ਦੇਖੋ ਜੀ ਸਿਸਟਮ ਇਦਾਂ ਦਾ ਚੱਲਦਾ ਵੀ ਅੱਜ ਕੱਲ੍ਹ ਜੇ ਕੋਈ ਇੱਕ ਮੁੰਡਾ ਕਿਸੇ ਕੁੜੀਆਂ ਨੂੰ ਜਾ ਕੇ ਕੁਛ ਕਹੇ ਵੀ ਆ ਜਾਓ ਭਾਈ ਬੈਠ ਜਾਓ ਜਾਂ ਕੁਛ ਉਹ ਨਹੀਂ ਹਨਾ ਕਈ ਵਾਰੀ ਚੰਗਾ ਨਹੀਂ ਲੱਗਦਾ ਜਾਂ ਕੁਛ ਪਰ ਮੈਨੂੰ ਬੜਾ ਲੱਗਿਆ ਪਹਿਲਾਂ ਮੈਂ ਜੋ ਮੈਂ ਰੁਕ ਗਿਆ ਫਿਰ ਮੈਂ ਮਨ ਮੋੜਿਆ ਫਿਰ ਮੈਂ ਰੋਕਦਾ ਫਿਰ ਮੈਂ ਲੰਘ ਗਿਆ
ਇਵੇਂ ਮਦਦ ਕਰਨ ਦਾ ਨਾ ਹੁਣ ਮਦਦ ਲੈਣ ਵਾਲੇ ਦੇ ਮਨ ਚ ਵੀ ਡਰ ਆ ਤੇ ਜਿਹਨੇ ਮਦਦ ਕਰਨੀ ਉਹਦੇ ਮਨ ਚ ਵੀ ਡਰ ਬੈਠ ਗਿਆ ਕਿਉਂਕਿ ਇੰਸੀਡੈਂਟ ਕਿੰਨੇ ਹੋਏ ਪਿਛਲੇ ਦਿਨਾਂ ਦੇ ਵਿੱਚ ਹਨਾ ਜਦੋਂ ਆਪਾਂ ਦੇਖਦੇ ਆਂ ਵੀ ਫਜ਼ੂਲ ਕੋਈ ਗੱਡੀਆਂ ਰੋਕ ਕੇ ਤੰਗ ਕਰੀ ਜਾਂਦੇ ਆ ਨਿੱਕੀਆਂ ਬੱਚੀਆਂ ਨੂੰ ਜਾਂ ਵੈਸੇ ਆਪਾਂ ਦੇਖਦੇ ਹਨਾ ਸੋ ਫਿਰ ਜਿਹੜੇ ਜੈਨੂਇਨ ਪਰਸਨ ਆ ਹੁਣ ਜਿਵੇਂ ਤੁਸੀਂ ਮਦਦ ਕਰਨੀ ਚਾਹੀ ਪਰ ਤੁਸੀਂ ਡਰ ਗਏ ਵੀ ਮੈਂ ਮਦਦ ਕਰਾਂ ਜਾਂ ਨਾ ਕਰਾਂ ਹਨਾ ਬਿਲਕੁਲ ਤੇ ਦਿਲ ਕਰਦਾ ਹੁੰਦਾ ਦੇਖੋ ਆਪਾਂ ਜਦੋਂ ਰੋਡ ਤੇ ਨਿਕਲਦੇ ਆ ਨਾ ਦਿਲ ਕਰਦਾ ਹੁੰਦਾ ਵੀ ਕਿਸੇ ਦੀ ਹੈਲਪ ਕਰੀਏ ਜਿਹੜਾ ਕਿਸੇ ਦੀ ਹੈਲਪ ਕਰਕੇ ਜਿਹੜਾ ਸਕੂਨ ਆਉਂਦਾ ਮੇਰੇ ਖਿਆਲ ਮੈਂ ਤੁਹਾਨੂੰ ਇੱਕ ਵਾਰੀ ਇਹ ਦੱਸਿਆ ਸੀਗਾ ਮੈਂ ਇੱਕ ਡੌਗੀ ਫੜਿਆ ਸੀਗਾ ਜੀ ਮੈਂ ਦੱਸਿਆ ਸੀ ਤੁਹਾਨੂੰ ਮੇਰੇ ਖਿਆਲ ਹਾਂਜੀ ਹਾਂਜੀ ਉਹ ਡੌਗੀ ਆਇਆ ਸੀ ਕਿਸੇ ਦਾ ਡੌਗੀ ਭੱਜ ਗਿਆ ਰੋਡ ਤੇ ਮੀਂਹ ਪੈਂਦਾ ਸੀ ਬਹੁਤ ਦੋ ਕੁ ਵੀਕਾਂ ਦੀ ਗੱਲ ਆ ਜਦੋਂ ਆਪਾਂ ਹੌਲੀਡੇ ਛੁੱਟੀਆਂ ਸੀਗੀਆਂ ਨਾ ਤੇ ਉਹ ਡੌਗੀ ਛੋਟਾ ਸੀਗਾ ਜਿੱਥੇ ਕਿ ਆਪਣੇ ਗੋਪੀ ਹੋਣਾ ਦਾ ਘਰ ਆ ਅਮਰਾਜ ਹੋਣਾ ਦਾ ਘਰ ਉਹਨਾਂ ਉਹਦੇ ਘਰ ਦੇ ਕੋਲ ਅੱਛਾ ਹੁਣ ਮੈਂ ਤੁਹਾਨੂੰ ਇੱਥੇ ਰੋਕਾਂ ਹਾਂਜੀ ਹੁਣ ਮੈਂ ਤੁਹਾਨੂੰ ਕਹੂੰ ਵੀ ਹਾਂ ਵੀ ਉਹਨਾਂ ਦਾ ਘਰ ਕਿੱਥੇ ਆ ਤੁਸੀਂ ਕਹਿੰਦੇ ਹੋ ਜਿੱਥੇ ਇੱਕ ਡੌਗੀ ਫਿਰਦਾ ਹਾਂ ਜਿੱਥੇ ਡੌਗੀ ਫਿਰਦਾ ਸੀ ਜੀ ਉਹ ਜੀ ਹਾਲੈਂਡ ਰੋਡ ਆ ਕਿ ਹਾਲੈਂਡ ਰੋਡ ਆ ਉੱਥੇ ਗਿਆ ਕਿੰਗ ਜਾਰਜ ਦੇ ਕੋਲੇ ਹਨਾ ਉਹ ਡੌਗੀ ਦੇ ਮਗਰ ਤਿੰਨ ਚਾਰ ਗੋਰੇ ਗੋਰੀਆਂ ਤੇ ਦੋ ਦਿਨ ਆਪਣੇ ਮੁੰਡੇ ਹਨਾ ਉਹਦੇ ਮਗਰ ਵਿਚਾਰ ਦੇ ਭੱਜੇ ਹੋਏ ਉਹ ਫੜਾ ਹੀ ਨਾ ਦੇਵੇ ਕਿਸੇ ਨੂੰ ਬੜਾ ਖਾਣ ਨੂੰ ਪੈਂਦਾ ਸੀ ਉਹ ਤੇ ਮੈਂ ਵੀ ਟਰੱਕ ਰੋਕ ਲਿਆ ਆਪਣਾ ਮੈਂ ਰੋਕ ਕੇ ਮੈਂ ਚੱਲ ਵੀ ਮੈਂ ਵੀ ਟਰਾਈ ਕਰ ਲੈਣਾ ਜੇ ਫੜਨਾ ਵਿਚਾਰਾ ਕਿਤੇ ਜੰਗਲ 'ਚ ਟ੍ਰੀ ਜਾਂਦੇ ਫਿਰ ਉਹਨੂੰ ਬੜ ਜਾਣਾ ਲੱਭਣਾ ਨਹੀਂ ਸੀ ਉਹ ਤੇ ਦੇਖੋ ਜਦੋਂ ਮੈਂ ਉਹਦੇ ਕੋਲੇ ਨੂੰ ਹੋਇਆ ਉਹ ਭਾਈ ਦੰਦੀ ਵੱਢਣ ਨੂੰ ਆਵੇ ਮੇਰੇ ਤੇ ਮੈਂ ਸੋਚਿਆ ਵੀ ਹੁਣ ਇਹਨੂੰ ਫੜਨਾ ਤਾਂ ਪੈਣੇ ਆ ਕਿਸੇ ਤਰ੍ਹਾਂ ਇਹਨੂੰ ਅੱਜ ਤਾਂ ਛੱਡ ਨਹੀਂ ਸਕਦੇ ਮੈਂ ਜੀ ਮੇਰੇ ਹੁੱਡੀ ਪਾਈ ਸੀ ਮੇਰੇ ਥੱਲੇ ਟੀ ਸ਼ਰਟ ਨਹੀਂ ਪਈ ਕੱਲੀ ਹੁੱਡੀ ਪਾਈ ਸੀ ਮੈਂ ਆਪਣੀ ਹੁੱਡੀ ਲਾਹੀ ਹੁੱਡੀ ਲਾ ਕੇ ਜਦੋਂ ਉਹਦੇ ਮੈਂ ਕਰਕੇ ਕੋਲੇ ਮੈਂ ਉੱਤੋਂ ਸੁੱਟ ਕੇ ਹੁੱਡੀ ਤੇ ਦੱਬ ਲਿਆ ਉਹ ਬੱਚੋਂ ਨੇ ਬਥੇਰਾ ਜ਼ੋਰ ਜ਼ੋਰ ਮਾਰੇ ਮੇਰੇ ਦੰਦ ਮਾਰ ਗਿਆ ਕੁੰਗਲ ਤੇ ਪਰ ਮੈਂ ਛੱਡਿਆ ਨਹੀਂ ਹੁਣ ਨਹੀਂ ਛੱਡਦਾ ਹਾਂ ਜਦੋਂ ਉਹ ਆਏ ਉਹਨਾਂ ਨੇ ਬੜੇ ਆਪਣੇ ਹੋ ਕੇ ਜੇ ਕਰਕੇ ਕਰ ਲਿਆ ਫੜ ਲਿਆ ਹਨਾ ਤੇ ਉਹ ਮੈਨੂੰ ਕਰਨ ਵੀ ਤੂੰ ਕਮਾਲ ਕਰਕੇ ਵੀ ਤੂੰ ਸੋਚਿਆ ਨਹੀਂ ਤੂੰ ਆਪਣੀ ਹੁੱਡੀ ਲਾ ਕੇ ਦਿੱਤੇ ਦੇਤੀ ਵੀ ਹੁਣ ਤੂੰ ਕਹਿੰਦੇ ਮੈਂ ਕਿਹਾ ਮੈਂ ਉਦਾਂ ਹੀ ਪਾ ਲਈ ਨੰਗੇ ਪਿੰਡੇ ਸੀਗਾ ਮੀਂਹ ਪਵੇ ਉੱਤੋਂ ਜੀ ਉਹ ਮੈਨੂੰ ਕਹਿੰਦੇ ਵੀ ਭਾਈ ਜਿੰਨਾ ਅਸੀਂ ਕਹਿੰਦੇ ਕ੍ਰਿਸਮਸ ਦੇ ਟਾਈਮ ਪਰਮਾਤਮਾ ਤੋਂ ਦੁਆ ਮੰਗੀ ਆ ਕਹਿੰਦੇ ਸਾਰੀਆਂ ਤੈਨੂੰ ਲੱਗ ਜਾਣ ਕਹਿੰਦੇ ਤੂੰ ਇੰਨਾ ਸਾਡਾ ਕਹਿੰਦੇ ਡੌਗੀ ਸਭ ਤੋਂ ਵੱਡੀ ਗੱਲ ਵੀ ਡੌਗੀ ਨੂੰ ਦੀਨਾ ਘੱਟਾ ਕਹਿੰਦੇ ਉਹ ਅੱਛਾ ਹਾਂ ਘੱਟ ਫਿਰ ਇਵੇਂ ਘਬਰਾਹਟ ਚ ਇੱਧਰ ਉੱਧਰ ਘਬਰਾਹਟ ਚ ਕਹਿੰਦੇ ਭੱਜ ਗਿਆ ਮੈਂ ਦੀਨਾ ਨਹੀਂ ਕਹਿੰਦੇ ਵਿਚਾਰੇ ਨੂੰ ਇੱਕ ਤਾਂ ਮੈਨੂੰ ਉਹ ਉਦੋਂ ਤਰਸ ਆਇਆ ਵਿਚਾਰੇ ਨੂੰ ਦੀਨਾ ਘੱਟ ਦੀਆਂ ਚਲਾ ਜਾਣਾ ਸੀ ਮਰ ਜਾਣਾ ਸੀ ਉਹਨੇ ਵਿਚਾਰੇ ਤੇ ਮੈਨੂੰ ਉਹਦੇ ਨਾਲ ਇੰਨਾ ਕੁ ਸਕੂਨ ਆਇਆ ਜੀ ਤੇ ਬੜਾ ਵਧੀਆ ਲੱਗਿਆ ਅੱਜ ਨਾ ਵੈਸੇ ਕੁਦਰਤੀ ਚਲੋ ਆਪਣੀ ਗੱਲ ਤੁਰ ਪਈ ਇਸ ਪਾਸੇ ਵੀ ਕਿਸੇ ਦੂਸਰੇ ਦੀ ਮਦਦ ਕਰਨੀ ਹੈ ਨਾ ਤੇ ਅੱਜ ਦੁਪਹਿਰੇ ਮੇਰੀ ਇਹੀ ਡਿਸਕਸ਼ਨ ਦਾ ਜਿਹੜਾ ਮੁੱਦਾ ਸੀਗਾ ਵੀ ਜਦੋਂ ਆਪਾਂ ਨਾ ਸਕੂਨ ਦੀ ਗੱਲ ਕਰਦੇ ਹਾਂ ਸਕੂਨ ਆਪਣੇ ਦਿਮਾਗ ਨੂੰ ਉਦੋਂ ਹੀ ਮਿਲਦਾ ਜਦੋਂ ਅਸੀਂ ਕਿਸੇ ਲਈ ਕੁਛ ਕਰਦੇ ਹਾਂ ਹਨਾ ਸੋ ਨਿੱਜ ਤੋਂ ਉੱਤੇ ਉੱਠ ਕੇ ਜਦੋਂ ਇਨਸਾਨੀਅਤ ਲਈ ਜਾਂ ਜਿਹੜੇ ਆਪਣੇ ਆਲੇ ਦੁਆਲੇ ਜਿੰਨੇ ਵੀ ਆਪਣੇ ਪਿਆਰੇ ਹੁੰਦੇ ਜਾਂ ਜਿਨ੍ਹਾਂ ਨੂੰ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਅਣਜਾਣ ਵੀ ਹੁੰਦੇ ਆ ਜਦੋਂ ਉਹਨਾਂ ਦੀ ਮਦਦ ਕਰਦੇ ਹਾਂ ਨਾ ਤੇ ਫਿਰ ਉਹ ਜਿਹੜੀ ਸੰਤੁਸ਼ਟੀ ਆ ਸਕੂਨ ਆ ਬਸ ਐਵੇਂ ਫਿਰ ਬੰਦਾ ਬੇਵਜ੍ਹਾ ਖੁਸ਼ ਹੁੰਦਾ ਉਦੋਂ ਇਹ ਫੀਲ ਹੁੰਦਾ ਵੀ ਦੁਨੀਆ ਦਾ ਕਿੰਗ ਮੈਂ ਆ ਵੀ ਆਪਣੇ ਆਪ ਤੇ ਇੰਨਾ ਘੈਂਟ ਫੀਲਿੰਗ ਆਉਣ ਲੱਗਦਾ ਕਦੇ ਕਿਸੇ ਦੀ ਮਦਦ ਕਰਕੇ ਦੇਖਿਓ ਪਰ ਮਦਦ ਇਹ ਨਹੀਂ ਗਾ ਵੀ ਮਦਦ ਕਿਸੇ ਲਾਲਚ ਨੂੰ ਕਰਨੀ ਜੇ ਕਿਸੇ ਲਾਲਚ ਨੂੰ ਮਦਦ ਕਰਨੀ ਹੈ ਫਿਰ ਉਹ ਆਪਣਾ ਕਿਤੇ ਨਾ ਕਿਤੇ ਮਨ ਨੂੰ ਸਕੂਨ ਨਹੀਂ ਮਿਲਦਾ ਪਰ ਜਿਹਨੂੰ ਆਪਾਂ ਜਾਣਦੇ ਹੀ ਨਹੀਂ ਜਿਹੜਾ ਕੋਈ ਜਮੇ ਆਪਣੇ ਲਈ ਅਣਜਾਣ ਆ ਮਦਦ ਕਰਨ ਤੋਂ ਬਾਅਦ ਵੀ ਇੱਕਦਮ ਕੁਇਕ ਜਣੇ ਇੱਥੋਂ ਨਿਕਲਿਆ ਬਸ ਬਿਲਕੁਲ ਵੀ ਜਾਂ ਉਹਨਾਂ ਤੋਂ ਤੁਸੀਂ ਉਹਨਾਂ ਤੋਂ ਬਹੁਤ ਸਾਰੀਆਂ ਦਵਾਵਾਂ ਲੈਣ ਲੱਗ ਜਾਓ ਜਾਂ ਉਹ ਤੁਹਾਨੂੰ $20-50 ਕੱਢ ਕੇ ਦੇਣ ਲੱਗ ਜਾਣ ਜਾਂ ਕੋਈ ਐਕਸਪੈਕਟੇਸ਼ਨ ਆਸ ਉਮੀਦ ਰੱਖੋ ਆਸ ਉਮੀਦ ਰੱਖੋ ਕੋਈ ਸਾਰਾ ਕੁਝ ਛੱਡ ਕੇ ਕਦਮ ਨਿਕਲਿਆ ਉੱਥੋਂ ਤੇ ਉਹ ਤੋਂ ਬਾਅਦ ਜਦੋਂ ਘਰੇ ਆ ਕੇ ਤੁਸੀਂ ਸ਼ਾਵਰ ਲੈ ਕੇ ਸੋਫੇ ਤੇ ਬੈਠਣਾ ਵਾ ਦੋਵਾਂ ਨੂੰ ਐ ਲੱਗਣਾ ਬਈ ਜਿਉਂਦਾ ਰਿਹਾ ਸ਼ੇਰਾ ਆਹ ਦਾ ਕਮਾਲ ਕਰਿਆ ਕਿ ਆਪਣੇ ਤਾਂ ਖੈਰ ਜਦੋਂ ਆਪਾਂ ਗੁਰੂਆਂ ਦੇ ਫਲਸਫੇ ਦਾ ਜ਼ਿਕਰ ਕਰਦੇ ਆ ਹਨਾ ਤੇ ਖਾਸ ਕਰਕੇ ਅੱਜ ਦੇ ਦਿਨ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਿਤਾ ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਆ ਤੇ ਉਹਦੇ ਲਈ ਇਸ ਮੌਕੇ ਦੇ ਉੱਤੇ ਆਪਾਂ ਜਦੋਂ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਬਾਰ ਬਾਰ ਦੇਖਦੇ ਹਾਂ ਤੇ ਆਪਾਂ ਨੂੰ ਤਾਂ ਸਿਖਾਇਆ ਇਹ ਆ ਵੀ ਸਰਬੱਤ ਦਾ ਤੁਸੀਂ ਭਲਾ ਕਰੋ ਤੇ ਸਾਰਿਆਂ ਦੇ ਭਲੇ ਦੀ ਅਰਦਾਸ ਮੰਗੋ ਹਨਾ ਨਾਲੇ ਆਹ ਦਿਨਾਂ ਦੇ ਵਿੱਚ ਜ਼ਰੂਰੀ ਆ ਬੜਾ ਜ਼ਰੂਰੀ ਆ ਕਿਉਂਕਿ ਇੱਕ ਤਾਂ ਦੇਖੋ ਜਿਵੇਂ ਹੁਣ ਆਪਾਂ ਸਨੋਹ ਦੀ ਗੱਲ ਕਰਦੇ ਹਾਂ ਨਾ ਸਨੋਹ ਪੈਂਦੀ ਆ ਕਿੰਨੀ ਸਨੋਹ ਦੇ ਵਿੱਚ ਆਪਾਂ ਛੁੱਟੀਆਂ ਛੁੱਟੀ ਹੋ ਜਾਂਦੀ ਆ ਜਿਵੇਂ ਅੱਜ ਮੈਂ ਜਾਇਆ ਬੜੇ ਪਰਿਵਾਰ ਅੱਜ ਮੁੰਡੇ ਜਿਹੜੇ ਗਿਣੇ ਹੀ ਕੰਮਾਂ ਤੇ ਮੇਰੇ ਨਾਲ ਦੇ ਗਏ ਹੈਗੇ ਜਦੋਂ ਘਰੇ ਬੈਠੇ ਹੁੰਦੇ ਆ ਜਦੋਂ ਲੱਗਦਾ ਮੈਨੂੰ 10 ਕੁ ਵੱਜ ਗਏ ਸੁੱਤੇ ਉੱਠਿਆ ਕੋਈ ਕੰਮ ਨਹੀਂ ਕਰਨਾ ਵਿਹਲੇ ਆ ਚਾਹ ਦਾ ਕੱਪ ਚੱਕੋ ਲੋਈ ਦੀ ਬੁੱਕਲ ਮਾਰੋ ਆਰਾਮ ਦੇ ਨਾਲ ਆਪਣੇ ਡਰਾਈਵੇ ਦੇ ਵਿੱਚ ਆ ਕੇ ਆਲਾ ਦੁਆਲਾ ਦੇਖੋ ਨਾਲੇ ਸਨੋਹ ਕੁਦਰਤ ਦਾ ਨਜ਼ਾਰਾ ਲਓ ਵੀ ਕਿਆ ਕੁਦਰਤ ਕਿਹੜੀ ਘੈਂਟ ਆ ਗੱਡੀਆਂ ਲੰਘਦੀਆਂ ਨੇ ਤੁਹਾਨੂੰ ਲੱਗਦਾ ਵੀ ਕਿਤੇ ਗੱਡੀ ਕੋਈ ਸਟੱਕ ਹੋ ਗਈ ਆ ਜਾਂ ਕਿਸੇ ਨੂੰ ਕੋਈ ਹੈਲਪ ਦੀ ਲੋੜ ਆ ਤੁਸੀਂ ਅਗਲੇ ਨਾਲ ਜਾ ਕੇ 10 ਮਿੰਟ ਹੈਲਪ ਕਰਾਓ ਨਾਲੇ ਤਾਂ ਤੁਹਾਨੂੰ ਸਕੂਨ ਨਾਲੇ ਅਗਲੇ ਦਾ ਵਧੀਆ ਸਰ ਜੂਗਾ ਤੇ ਨਾਲੇ ਆਪਣੇ ਆਪ ਤੁਸੀਂ ਦੇਖੋ ਤੁਹਾਨੂੰ ਆਨੰਦ ਕਿੰਨਾ ਆਉਣਾ ਉਹ ਚੀਜ਼ ਦੇ ਵਿੱਚ ਮੌਕੇ ਕਈ ਵਾਰੀ ਲੱਭਣੇ ਪੈਂਦੇ ਆ ਇਹੋ ਜਿਹੇ ਦਿਨਾਂ ਦੇ ਵਿੱਚ ਜੀ ਬਿਲਕੁਲ ਜੀ ਇਸੇ ਤਰ੍ਹਾਂ ਹੀ ਆ ਤੇ ਪਰ ਖੈਰ ਜਿੰਨੇ ਪਰਿਵਾਰ ਆ ਸਾਰਿਆਂ ਤੋਂ ਬਿਨਾਂ ਸਾਨੂੰ ਲੱਗਦਾ ਜ਼ਰੂਰ ਆ ਥੋੜਾ ਜਿਹਾ ਵੀ ਅੱਜ ਨਾ ਰੌਣਕ ਜੀ ਘੱਟ ਆ ਕਿਉਂਕਿ ਨਹੀਂ ਤਾਂ ਸਾਨੂੰ ਆਏ ਹੁੰਦਾ ਵੀ ਭਾਈ ਕਿਸੇ ਨਾ ਕਿਸੇ ਪਰਿਵਾਰ ਦੇ ਸਾਡੇ ਆਪਣੇ ਮੈਂਬਰ ਨੇ ਫੋਨ ਜ਼ਰੂਰ ਕਰ ਲੈਣਾ
ਤੇ ਅੱਜ ਕਾਲ ਭਾਈ ਸਾਡੀ ਚੱਲ ਨਹੀਂ ਰਹੀ ਫੋਨ ਸਾਨੂੰ ਦੇਖਣ ਨੂੰ ਲੱਗਦਾ ਵੀ ਵਿਚਾਰਾ ਬੈਠਾ ਚੁੱਪ ਆਦਤ ਪਈ ਹੋਈ ਆ ਅਸੀਂ ਬਾਰ ਬਾਰ ਇਹਦੇ ਵੱਲ ਦੇਖਦੇ ਜ਼ਰੂਰ ਆ ਤੇ ਪਰ ਹੋ ਸਕਦਾ ਤੁਸੀਂ ਵੀ ਕੋਸ਼ਿਸ਼ ਕਰਦੇ ਹੋਵੋ ਤੇ ਪਰ ਅੱਜ ਕਿਸੇ ਵਜ੍ਹਾ ਕਰਕੇ ਨਾ ਜਿਹੜਾ ਆਹ ਆਪਣਾ ਗੱਲਬਾਤ ਦਾ ਇੱਕ ਸਿਲਸਿਲਾ ਹੁੰਦਾ ਉਹ ਥੋੜਾ ਜਿਹਾ ਅੱਜ ਟੁੱਟਿਆ ਹੋਇਆ ਤੇ ਲਵੀ ਨਾਲ ਨਾਲ ਨਾ ਤੁਸੀਂ ਹੁਣ ਕਹਿੰਦੇ ਨੇ ਵੀ ਸਨੋਹ ਪੈ ਗਿਆ ਪਰਿਵਾਰ ਘਰਾਂ ਦੇ ਵਿੱਚ ਹੈਗੇ ਆ ਤੁਸੀਂ ਕੋਈ ਏਦਾਂ ਦੀ ਰੈਸਪੀ ਵੀ ਦੱਸ ਦਿਓ ਮਾੜੀ ਮੋਟੀ ਇੱਕ ਦੀ ਜੇ ਤੁਹਾਨੂੰ ਆਉਂਦੀ ਹੈ ਕੋਈ ਪਕੌੜਿਆਂ ਦੀ ਹਾਂਜੀ ਕੋਈ ਕਚੌਰੀਆਂ ਕਚੌਰੀਆਂ ਪਤਾ ਤੁਹਾਨੂੰ ਕੀ ਹੁੰਦੀ ਹਾਂਜੀ ਕਚੌਰੀਆਂ ਵੀ ਪਤਾ ਕੀ ਹੁੰਦੀਆਂ ਜਿਹੜੀਆਂ ਕਚੌਰੀਆਂ ਜਿਹੜੀਆਂ ਕਚੌਰੀਆਂ ਦੀ ਜਾਂ ਕੋਈ ਪਕੌੜੇ ਕੋਈ ਅਲੱਗ ਤਰ੍ਹਾਂ ਤੋਂ ਕੋਈ ਇੱਕ ਅੱਧੀ ਰੈਸਪੀ ਵੀ ਦੱਸ ਦਿਓ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਭਾਈ ਗਰਮ ਗਰਮ ਕਣਕ ਦੇ ਪਕੌੜੇ ਜਦੋਂ ਆਏ ਚਾਹ ਦੇ ਨਾਲ ਆਏ ਆਏ ਜਿਹੜਾ ਪਕੌੜਾ ਖਾਣਾ ਹੁੰਦਾ ਨਾ ਜਿਹੜਾ ਆਏ ਆਏ ਪਕੌੜਾ ਫੜਿਆ ਹੁੰਦਾ ਜਿਹੜਾ ਵੀ ਆਏ ਘੁੱਟ ਭਰ ਲਈ ਇੱਧਰੋਂ ਆਏ ਪਕੌੜਾ ਖਾ ਲਿਆ ਹੱਥ ਵਿਹਲੇ ਹੋਵੇ ਚਾਹੇ ਹੱਥ 'ਚ ਚਾਹੇ ਫੋਨ ਹੋਵੇ ਬਰੀਕ ਬਰੀਕ ਆਲੂ ਕੱਟ ਲੈਣੇ ਬਰੀਕ ਬਰੀਕ ਹੀ ਪਿਆਜ਼ ਕੱਟ ਲੈਣੇ ਜਿਵੇਂ ਆਪਾਂ ਲੰਬੇ ਪਿਆਜ਼ ਕੱਟਦੇ ਆ ਹਨਾ ਜਿਹੜੀ ਪਾਲਕ ਤੁਸੀਂ ਵਿੱਚ ਐਡ ਕਰਨੀ ਆ ਉਹ ਤੁਸੀਂ ਬਹੁਤੀ ਬਰੀਕ ਨਹੀਂ ਕੱਟਣੀ ਬੇਸ਼ੱਕ ਦੀ ਹੱਥਾਂ ਨਾਲ ਹੀ ਨਾ ਦੋ ਤਿੰਨ ਉਹਦੇ ਪੀਸ ਕਰਕੇ ਉਸੇ ਤਰ੍ਹਾਂ ਹੀ ਪਾ ਦਿਓ ਹਨਾ ਅੱਛਾ ਹੁਣ ਇਹਦੇ 'ਚ ਇੱਕ ਕਮਾਲ ਦੀ ਗੱਲ ਇਹ ਆ ਪਤਾ ਨਹੀਂ ਉਹ ਕੋਈ ਹੋਰ ਤੁਸੀਂ ਸਾਰੇ ਪਰਿਵਾਰ ਕਰਦੇ ਜਾਂ ਨਹੀਂ ਕਰਦੇ ਪਰ ਮੈਂ ਜ਼ਰੂਰ ਕਰਦੀ ਹਾਂ ਵੇਸਣ ਪਾ ਲਿਆ ਲੂਣ ਮਿਰਚ ਮਸਾਲਾ ਧਨੀਆ ਜੋ ਤੁਹਾਡਾ ਮਨ ਕਰਦਾ ਖੜੇ ਮਸਾਲੇ ਪੀਸੇ ਮਸਾਲੇ ਸਾਰੇ ਤੁਸੀਂ ਐਡ ਕਰਤੇ ਕਸੂਰੀ ਮੇਥੀ ਪਾਤੀ ਉਸ ਤੋਂ ਬਾਅਦ ਨਾ ਥੋੜਾ ਜਿਹਾ ਮੈਂ ਵਿੱਚ ਮੱਕੀ ਦਾ ਆਟਾ ਪਾ ਲੈਂਦੀ ਹਾਂ ਅੱਛਾ ਹੈਨਾ ਜਿਵੇਂ ਲੱਸੇ ਜੇ ਆਪਾਂ ਇੱਕ ਕੌਲੀ ਵੇਸਣ ਦੇ ਵਿੱਚ ਘੋਲ ਉਹ ਕੀਤਾ ਹੋਇਆ ਤਾਂ ਦੋ ਕੁ ਚਮਚੇ ਮੱਕੀ ਦਾ ਆਟਾ ਭੁਰਭੁਰਾ ਜਿਹਾ ਹੈਨਾ ਤੇ ਨਾਲ ਫਿਰ ਮੈਂ ਦੋ ਚਮਚੇ ਸੌਸ ਦੇ ਪਾ ਦੇਣੀ ਹੈ ਇਹ ਰੈਸਪੀ ਨਾ ਮੈਨੂੰ ਮੇਰੇ ਤਾਈ ਜੀ ਆ ਉਹ ਕੁਕਿੰਗ ਦੇ ਵਿੱਚ ਬੜੀਆਂ ਉਹਨਾਂ ਦੀਆਂ ਅਲੱਗ ਅਲੱਗ ਰੈਸਪੀਜ਼ ਹੁੰਦੀਆਂ ਤੇ ਉਹਨਾਂ ਤੋਂ ਮੈਂ ਇਹ ਰੈਸਪੀ ਜਿਹੜੀ ਉਹ ਲਈ ਸੀਗੀ ਫਿਰ ਉਹਨੂੰ ਚੰਗੀ ਤਰ੍ਹਾਂ ਤੁਸੀਂ ਨਾ ਘੋਲ ਨੂੰ ਜਿਵੇਂ ਆਪਾਂ ਆਟਾ ਮਲਦੇ ਹੁੰਦੇ ਆ ਉਹਨੂੰ ਚੰਗੀ ਤਰ੍ਹਾਂ ਤੁਸੀਂ ਮਲੀ ਜਾਣਾ ਤੇ ਵੇਸਣ ਇਸ ਤਰੀਕੇ ਦੇ ਨਾਲ ਜਿਹੜਾ ਉਹ ਘੋਲ ਆ ਕ੍ਰਿਆਟੀ ਵੀ ਕਹਿ ਦਿੰਦੇ ਕਈ ਇਲਾਕਿਆਂ ਦੇ ਵਿੱਚ ਫਿਰ ਮਾਝਾ ਮਾਲਵਾ ਦੁਆਬਾ ਇਹ ਥੋੜਾ ਜਿਹਾ ਅਲੱਗ ਪ੍ਰੋਨਾਂਸੀਏਸ਼ਨ ਆ ਜਾਣੀ ਆ ਤੇ ਕ੍ਰਿਆਟੀ ਨੂੰ ਭਾਈ ਤੁਸੀਂ ਫਿਰ ਚੰਗੀ ਤਰ੍ਹਾਂ ਉਹ ਗੁੰਨੀ ਜਾਣਾ ਤੇ ਉਹ ਥੋੜੀ ਜਿਹੀ ਪਤਲੀ ਜ਼ਰੂਰ ਰੱਖਣੀ ਆ ਕਿਉਂਕਿ ਜੇ ਬੇਸਣ ਦਾ ਘੋਲ ਥੋੜਾ ਜਿਹਾ ਕੰਡੈਂਸ ਹੋਵੇ ਉਹ ਜਿਹੜਾ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਆ ਬਹੁਤਾ ਪਤਲਾ ਨਾ ਹੋਵੇ ਤੇ ਫਿਰ ਜਦੋਂ ਤੁਸੀਂ ਪਕੌੜੇ ਤਲਦੇ ਆ ਕਈ ਵਾਰੀ ਵਿੱਚੋਂ ਨਾ ਉਹ ਕੱਚੇ ਰਹਿ ਜਾਂਦੇ ਆ ਵੇਸਣ ਜਾਂ ਕੱਚਾ ਰਹਿ ਜਾਂਦਾ ਜੇ ਮੋਟਾ ਹੋਵੇ ਪਤਲਾ ਰੱਖਣਾ ਚਾਹੀਦਾ ਜੇ ਮੋਟਾ ਹੋਵੇ ਹੈ ਨਾ ਸੋ ਮੈਂ ਥੋੜਾ ਜਿਹਾ ਪਤਲਾ ਰੱਖਦੀ ਹਾਂ ਕਿ ਸਬਜ਼ੀਆਂ ਜਿਹੜੀਆਂ ਵੀ ਤੁਸੀਂ ਪਾਈਆਂ ਚਾਹੇ ਗੋਭੀ ਆ ਜਾਂ ਜੇ ਉਹ ਵੀ ਤੁਹਾਡੀ ਮਨਪਸੰਦ ਦੀ ਸਬਜ਼ੀ ਆ ਤੁਸੀਂ ਜਿਹੜੀ ਉਹ ਵਿੱਚ ਪਾਈ ਨਾ ਉਹ ਦਿਸਣ ਜ਼ਰੂਰ ਉੱਤੇ ਉੱਤੇ ਹਾਂ 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 ਇਹ ਚੀਜ਼ ਹਾਂ ਫਿਰ ਉਹ ਕ੍ਰੰਚੀ ਬਹੁਤ ਬਣਦੇ ਆ ਕੜਕ ਦੇ ਦੇਖੋ ਜੀ ਜਦੋਂ ਪਕੌੜੇ ਜਿੱਥੇ ਉਹ ਇੱਕ ਤਾਂ ਘੋਲ ਜਿਹੜਾ ਉਹਦਾ ਪਤਲਾ ਹੋਣਾ ਜ਼ਰੂਰੀ ਹੈ ਦੂਜਾ ਜਦੋਂ ਉਹ ਪਕੌੜਾ ਚੱਕਣਾ ਉਹਨੂੰ ਕਈ ਚੱਕ ਕੇ ਐ ਗੋਲ ਜਿਹਾ ਛੱਡ ਦਿੰਦੇ ਨੇ ਹਾਂਜੀ ਉਹ ਨਹੀਂ ਜਦੋਂ ਉਹਨੂੰ ਐ ਕਰਕੇ ਉਹ ਚੱਕਦੇ ਆ ਉਹਨੂੰ ਕਰਕੇ ਜਿਹੜਾ ਉਂਗਲਾਂ ਰਗੜ ਕੇ ਜਿਹੜਾ ਸਿੱਟਦੇ ਆ ਉਹ ਪਤਲੇ ਹੁੰਦੇ ਆ ਖਿਲਰ ਜਾਂਦੇ ਆ ਪਤਲੇ ਹੁੰਦੇ ਆ ਉਹ ਐ ਕਈ ਐ ਚੱਕਦੇ ਉਹਨੂੰ ਗੋਲਾ ਜਿਹਾ ਚੱਕ ਕੇ ਸਿੱਟਦੇ ਨੇ ਪਹਿਲਾਂ ਇੱਥੋਂ ਐ ਦੇਖਿਆ ਹੁਣ ਤੁਸੀਂ ਟਰਾਈ ਕਰਨ ਵੀ ਗੋਲਾ ਜਿਹਾ ਬਣਾਉਂਦੇ ਹੁੰਦੇ ਨੇ ਅਗਲੇ ਗੋਲਾ ਜਿਹਾ ਬਣਾ ਕੇ ਗੋਲਾ ਚੱਕ ਚੱਕ ਸਿੱਟੀ ਜਾਂਦੇ ਨੇ ਇਕੱਠਾ ਹੋ ਜਾਂਦਾ ਵਿਚਾਲੇ ਬੇਸਣ ਸੈਂਟਰ 'ਚ ਕੱਚਾ ਰਹਿ ਜਾਂਦਾ ਜਦੋਂ ਉਹ ਘੋਲ ਜਿਹਾ ਚੱਕਣਾ ਤੇ ਉਹਨੂੰ ਐ ਰਗੜਨਾ ਉਂਗਲੀਆਂ ਦੇ ਨਾਲ ਤੇ ਫਿਰ ਜਿਹੜਾ ਪਕੌੜਾ ਬਣਦਾ ਨਾ ਚਾਚਾ ਉਹ ਯਾ ਕੰਮ ਹੋ ਜਾਂਦਾ ਤੇ ਇਹ ਸਾਰੇ ਪਰਿਵਾਰਾਂ ਨੂੰ ਪਤਾ ਜੇ ਜਦੋਂ ਪਕੌੜੇ ਬਣਾਉਂਦੇ ਆ ਨਾ ਜਾਂ ਫਿਰ ਸੁੱਕੀ ਸਬਜ਼ੀ ਮੈਂ ਆਪ ਵੀ ਬਣਾਵਾਂ ਤੇ ਪਤਾ ਨਹੀਂ ਮੇਰੀ ਆਦਤ ਆ ਉਹ ਸਰੋਂ ਦੇ ਤੇਲ 'ਚ ਮੈਂ ਬਣਾਉਂਦੀ ਹੁੰਦੀ ਹਾਂ ਤੇ ਪਕੌੜੇ ਵੀ ਸਰੋਂ ਦੇ ਤੇਲ 'ਚ ਅਲੱਗ ਸਵਾਦ ਹੁੰਦਾ ਸਰੋਂ ਦੇ ਤੇਲ 'ਚ ਹੈ ਨਾ ਤੇ ਉਹ ਥੋੜੇ ਜਿਹੇ ਨਾ ਕਰਾਰੇ ਜਿਹਨੂੰ ਕਹਿ ਦਿੰਦੇ ਆ ਉਵੇਂ ਬਣ ਜਾਂਦੇ ਆ ਤੇ ਇੱਕ ਭਾਈ ਨਾਲ ਦੀ ਨਾਲ ਜਿਹੜੀ ਉਹ ਪੀਜ਼ੇ ਦੇ ਨਾਲ ਮੋਟੀ ਜੀ ਮਿਰਚ ਖਾਣੇ ਕਿਹੜੀ ਮਿਰਚ ਕਹਿੰਦੇ ਹੁੰਦੇ ਆਪਾਂ ਨੂੰ ਹੈਲੋਪੀਨੋ ਹੈਲੋਪੀਨੋ ਉਹਨੂੰ ਨਾ ਚਾਰ ਡੰਡੀ ਹੈ ਜਿਹੜੀ ਉਹਦੀ ਉਹ ਨਹੀਂ ਤੋੜਨੀ ਉਹਨੂੰ ਨਾ ਚਾਰ ਚੀਰੇ ਦੇ ਲੈਣੇ ਨੇ ਮੋਟੀ ਮਿਰਚ ਨੂੰ ਤੇ ਚਾਰ ਚੀਰੇ ਦੇਣ ਤੋਂ ਬਾਅਦ ਉਹਨੂੰ ਦੱਬ ਲੈਣਾ ਉਹਦਾ ਫਲਾਵਰ ਜਿਹਾ ਬਣਾ ਲੈਣਾ ਉਹਦੇ ਵਿਚਲੇ ਸੀਡ ਆ ਜਿਹੜੇ ਉਹ ਤੋੜ ਲੈਣੇ ਆ ਤੋੜ ਕੇ ਉਹ ਗਰਭੇ ਸਿੱਟ ਦੇਣੇ ਉਹ ਤੋਂ ਬਾਅਦ ਉਹ ਬੇਸਣ ਵਾਲੇ ਘੋਲ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਕਰ ਲੈਣਾ ਉਹਨੂੰ ਫੁੱਲ ਜਿਹਾ ਬਣਾ ਕੇ ਰੱਖਣਾ ਉਹਦਾ ਫੁੱਲ ਜਿਹਾ ਬਣਾ ਕੇ ਫਿਰ ਉਹਨੂੰ ਬੋਦੀ ਤੋਂ ਫੜ ਕੇ ਨਾ ਤੇਲ 'ਚ ਐਂ ਡੱਬੀ ਰੱਖੋ ਛੱਡੋ ਨਾ ਅੱਛਾ ਡੰਡੀ ਸਣੇ ਫੜ ਕੇ ਉਹਨੂੰ ਐਂ ਫੜੀ ਰੱਖੋ ਊਂਚ ਜਿਵੇਂ ਫੜ ਕੇ ਰੱਖੀ ਤੇ ਉਹਨੂੰ ਘੁਮਾ ਘੁਮਾ ਕੇ ਉਹਨੂੰ ਬਣਾਓ ਉਹਨੂੰ ਜਦੋਂ ਅੱਧੀ ਕੁ ਬਣ ਗਈ ਉਹਨੂੰ ਕੱਢ ਲਓ ਬਾਹਰ ਬਾਹਰ ਕੱਢ ਕੇ ਉਹਨੂੰ ਰੱਖ ਲਓ ਤੇ ਜਦੋਂ ਥੋੜਾ ਜਿਹਾ ਉਹ ਠੰਡੀ ਜੀ ਵਾਂਗੂ ਹੋ ਚੱਲੇ ਉਹਨੂੰ ਦੁਬਾਰਾ ਫੇਰ ਤੇਲ ਤੇ ਪੂੰਝ ਤੋਂ ਫੜ ਕੇ ਛੱਡੋ ਤੇ ਫਿਰ ਜਦੋਂ ਦੂਜੀ ਵਾਰ ਕੱਢਣੀ ਆ ਤੁਸੀਂ ਗੋਲਡਨ ਜੀ ਕਰਕੇ ਨਾ ਉਹ ਤੇ ਫਿਰ ਜਦੋਂ ਉਹ ਖਾਣੀ ਹੈ ਨਾ ਆਹਾ ਕੀ ਬਾਤ ਹੈ ਇਹ ਰੈਸਪੀ ਵੀ ਸੋਹਣੀ ਸੀ ਬਹੁਤ ਵਧੀਆ ਜੀ ਉਹ ਹੈ ਨਾ ਮੈਂ ਜਦੋਂ ਆਪਾਂ ਵਿੱਚ ਇੱਕ ਛੱਡ ਦਿੰਦੇ ਆ ਉਹਦੇ ਨਾਲ ਨਾ ਥੋੜਾ ਜਿਹਾ ਗਮ ਜੇ ਜਾਂਦੀ ਆ ਉਹਨੂੰ ਫੜ ਕੇ ਰੱਖੋ ਇੱਕ ਜਗ੍ਹਾ ਤਾਂ ਕਿ ਉਹ ਖਿਲਰੀ ਰਹੇ ਤਾਂ ਕਿ ਉਹ ਖਿਲਰੀ ਰਹੇ ਹਾਂ ਹਾਂ
ਤੇ ਜਦੋਂ ਬਾਲੇ ਵਿੱਚ ਚੀਜ਼ਾਂ ਦੇ ਵਿੱਚ ਮਿਕਸ ਹੋ ਜਾਂਦੀ ਹੈ ਫਿਰ ਉਹਨੂੰ ਬੇਸਣ ਬੁਸਣ ਲਾ ਕੇ ਖਰਾਬ ਹੋ ਜਾਂਦੀ ਹੈ ਤੇ ਬੜੀ ਵਧੀਆ ਮਿਰਚ ਲੱਗਦੀ ਆ ਜਿਹੜੇ ਤੁਸੀਂ ਹੁਣ ਆਪਾਂ ਰੈਸਪੀਆਂ ਸ਼ੁਰੂ ਕਰ ਲਈਆਂ ਮੈਂ ਵੀ ਆਪਣੇ ਹਿਸਾਬ ਨਾਲ ਦੱਸੀ ਰਫਤਾਰ ਜੀ ਨੇ ਵੀ ਦੱਸੀ ਜਦੋਂ ਇਹੋ ਜਿਹਾ ਮੌਸਮ ਹੋਵੇ ਨਾ ਚਾਹੇ ਆਪਣੀ ਪੰਜਾਬ ਦੀ ਵੀ ਗੱਲ ਕਰਦੇ ਸੀ ਸਰਦੀਆਂ ਹੁੰਦੀਆਂ ਸੀ ਜਾਂ ਬਾਰਿਸ਼ ਹੁੰਦੀ ਸੀ ਹੈ ਨਾ ਇੱਥੇ ਵੀ ਜਦੋਂ ਸਨੋਅ ਵਾਲਾ ਮੌਸਮ ਹੋਵੇ ਬਾਹਰ ਤੁਹਾਨੂੰ ਐਨ ਸਫੇਦ ਸਫੇਦ ਸਾਰੀ ਚਿੱਟੀ ਚਾਦਰ ਜਿਵੇਂ ਢੱਕੀ ਹੁੰਦੀ ਆ ਇਸ ਤਰ੍ਹਾਂ ਦਿਖਣਾ ਦਿਖਦਾ ਹੋਵੇ ਫਿਰ ਆਪੇ ਮਨ ਕਰਦਾ ਵੀ ਹੁਣ ਨਾ ਚੰਗਾ ਵੱਡਾ ਕੱਪ ਚਾਹ ਦਾ ਹੋਵੇ ਲੈਚੀਆਂ ਵਗੈਰਾ ਚੰਗੀ ਤਰ੍ਹਾਂ ਵਿੱਚ ਪਾਈਆਂ ਹੋਣ ਹੈ ਨਾ ਤੇ ਫਿਰ ਨਾਲ ਕੁਛ ਨਾ ਕੁਛ ਇਵੇਂ ਜਿਵੇਂ ਚੱਲ ਪਕੌੜੇ ਹੋ ਗਏ ਜਾਂ ਫਿਰ ਮੈਨੂੰ ਨਾ ਸੂਜੀ ਦਾ ਕੜਾਹ ਬਹੁਤ ਸਵਾਦ ਲੱਗਦਾ ਸੂਜੀ ਦਾ ਕੜਾਹ ਦੇ ਵਿੱਚ ਇੱਕ ਅੱਧੀ ਦਾਖਾਂ ਹੀ ਉਤਰੀਆਂ ਫਿਰਦੀਆਂ ਹੁਣ ਕਿਤੇ ਕਿ ਦਾਖ ਜੀ ਆ ਜਾਂਦੇ ਉਹ ਮੈਂ ਨਹੀਂ ਖਾਂਦੀ ਉਹ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਮੈਂ ਬਹੁਤ ਖਾਂਦਾ ਉਹਦੇ ਨਾਲ ਤੁਹਾਨੂੰ ਆਏ ਨਹੀਂ ਲੱਗਦਾ ਵੀ ਜੇ ਤੁਸੀਂ ਕੜਾਹ ਖਾਂਦੇ ਹੋ ਸੂਜੀ ਦਾ ਹਨਾ ਤੇ ਉਹ ਮਿੱਠਾ ਮਿਠਾਸ ਦੇ ਵਿੱਚ ਹੁੰਦਾ ਤੇ ਜਦੋਂ ਦਾਖਾਂ ਤੁਹਾਡੇ ਦੰਦਾਂ ਥੱਲੇ ਆਉਂਦੀਆਂ ਉਹ ਥੋੜੀ ਖਟਾਸ ਵੀ ਆ ਜਾਂਦੀ ਫਿਰ ਉਹ ਕਿਰਕਿਰਾ ਜਿਹਾ ਖੱਟ ਮਿੱਠਾ ਮੈਂ ਨਾ ਭੁੱਲ ਗਿਆ ਜੇ ਮੇਰੇ ਦਿਮਾਗ ਦੇ ਵਿੱਚ ਆਉਂਦਾ ਤਾਂ ਮੈਂ ਤੁਹਾਨੂੰ ਖੀਰ ਲਿਆ ਕੇ ਦਿੰਦਾ ਜੇ ਇੱਕ ਇੱਕ ਕੌਲੀ ਤੁਹਾਨੂੰ ਇੱਕ ਕੌਲੀ ਅਮਰਾਜ ਨੂੰ ਖਿਲਾਉਂਦੇ ਤੇ ਇੱਕ ਕੌਲੀ ਤੁਹਾਨੂੰ ਖਿਲਾਉਂਦਾ ਖੀਰ ਦੀ ਕਿਆ ਖੀਰ ਬਣੀ ਹੋਈ ਹੈ ਵਾਹ ਜੀ ਬਈ ਦੇਖੋ ਜੀ ਪੋ ਰਿੱਜੀ ਹਾਂ ਨਾਟ ਰਿੱਧੀ ਪੋ ਰਿੱਜੀ ਤੇ ਮਾਗ ਖਾਧੀ ਜਿਹੜੀ ਬਣਾਈ ਸੀਗੀ ਤੇ ਉਹ ਇੰਨੀ ਕੁ ਵਧੀਆ ਬਣੀ ਸੀਗੀ ਵੀ ਉਹ ਸਾਰੀ ਖਤਮ ਕਰਤੀ ਉਹ ਤੋਂ ਬਾਅਦ ਪੋ ਰਿੱਜੀ ਮਾਂ ਖਾਧੀ ਵਾਲਾ ਤਾਂ ਲੰਘ ਗਿਆ ਟਾਈਮ ਮੈਂ ਘਰੇ ਮੈਂ ਕਿਹਾ ਵੀ ਗੱਲ ਜੀ ਨਹੀਂ ਬਣੀ ਵੀ ਖੀਰ ਪਤਾ ਨਹੀਂ ਲੱਗਾ ਕਦੋਂ ਖਤਮ ਹੋ ਗਈ ਕਹਿੰਦੇ ਆਪਾਂ ਹੋਰ ਬਣਾ ਲੈਂਦੇ ਕਿਲੋ ਖੰਡ ਦੁੱਧ ਦੀ ਤੇ ਹੋਰ ਬਣਾ ਲਈ ਜੀ ਹੁਣ ਬਣਾਈ ਹੋਈ ਹੈ ਤੇ ਬੜੀ ਘੈਂਟ ਬੜੀ ਵਧੀਆ ਬਣੀ ਬੜੀ ਸਵਾਦ ਦਿਮਾਗ ਚੋਂ ਨਿਕਲ ਗਿਆ ਨਹੀਂ ਤਾਂ ਮੈਂ ਕਿਉਂਕਿ ਜਿਹੜੀ ਇਹ ਹੈ ਨਾ ਇਹ ਸਾਰੀਆਂ ਚੀਜ਼ਾਂ ਜਦੋਂ ਬਣਦੀਆਂ ਖਾਸ ਕਰਕੇ ਖੀਰ ਦਾ ਜ਼ਿਕਰ ਆਉਂਦਾ ਜਾਂ ਫਿਰ ਆਪਾਂ ਸਾਗ ਦਾ ਜ਼ਿਕਰ ਕਰੀਏ ਹੈ ਨਾ ਇਹ ਤਾਂ ਆਏ ਆ ਬਸ ਸਲੋ ਸਟੋਵ ਤੇ ਨਾ ਬਹੁਤ ਹੌਲੀ ਕਰ ਦੇਵੇ ਸਟੋਵ ਫਿਰ ਇਹਨੂੰ ਬਸ ਰਿੱਧੀ ਰਿੰਨੀ ਜਾਵੇ ਹਾਂ ਰਿੱਧੀ ਜਾਵੇ ਰਿੰਨੀ ਜਾਵੇ ਰਿੰਨੀ ਜਾਵੇ ਜੀ ਰਿੰਨੀ ਜਾਵੇ ਫਿਰ ਇਹ ਜਦੋਂ ਘੁਲ ਘੁਲ ਕੇ ਉਹ ਚੀਜ਼ਾਂ ਬਣਦੀਆਂ ਨਾ ਵਾਹ ਕਮਾਲ ਸਵਾਦ ਹੀ ਉਹਨਾਂ ਦਾ ਅਲੱਗ ਹੁੰਦਾ ਤੇ ਇਹ ਤਾਂ ਹੋਈ ਜੀ ਇਹ ਰੈਸਪੀਆਂ ਦੀ ਗੱਲ ਤੇ ਹੁਣ ਮੈਂ ਕਚੌਰੀਆਂ ਦੀ ਗੱਲ ਇੱਕ ਵਾਰੀ ਕਰ ਲਾਂ ਜ਼ਰੂਰ ਸਾਡਾ ਪਿੰਡ ਪੈਂਦਾ ਜੀ ਮੇਰਾ ਪਿੰਡ ਜਮਾਂ ਹੀ ਜਰਗ ਪਿੰਡ ਦੇ ਨਾਲ ਸਾਡੇ ਪਿੰਡ ਤੇ ਜਰਗ ਪਿੰਡ ਦੀ ਜ਼ਮੀਨ ਇਕੱਠੀ ਹੈ ਜਰਗ ਦਾ ਮੇਲਾ ਜਰਗ ਦਾ ਮੇਲਾ ਲੱਗਦਾ ਜੀ ਜਿਹੜਾ ਜਰਗ ਦਾ ਮੇਲਾ ਲੱਗਦਾ ਉੱਥੇ ਖਾਸ ਕਰਕੇ ਗੁਲਗੁਲੇ ਕਹਿੰਦੇ ਆਪਣੇ ਵੀ ਹਨ ਗੁਲਗੁਲੇ ਗੋਗਲੇ ਕਹਿੰਦੇ ਆ ਕਈ ਏਰੀਆ ਦੇ ਵਿੱਚ ਆਪਾਂ ਗੁਲਗੁਲੇ ਆਪਾਂ ਗੁਲਗੁਲੇ ਕਹਿੰਦੇ ਉੱਥੇ ਗੁਲਗੁਲਿਆਂ ਦਾ ਮੱਥਾ ਟੇਕਦਾ ਉਹ ਅੱਛਾ ਗੁਲਗੁਲੇ ਬਣਾ ਕੇ ਲੈ ਕੇ ਜਾਂਦੇ ਆ ਉੱਥੇ ਜਰਗ ਦੇ ਮੇਲੇ ਤੇ ਜਰਗ ਦਾ ਮੇਲਾ ਮਹੀਨੇ ਦੇ ਵਿੱਚ ਮੇਰੇ ਖਿਆਲ 3 ਮੇਲੇ ਲੱਗਦੇ ਆ ਉਹ ਤੇ ਗਰਮੀ ਜੀ ਦੇ ਵਿੱਚ ਹੁੰਦਾ ਘਰੋਂ ਗੁਲ ਨਾ ਮਹੀਨੇ ਦੇ ਵਿੱਚ 3 ਇੱਕ ਮਹੀਨੇ ਚ 3 ਮੇਲੇ ਜਿਵੇਂ ਹਰੇਕ ਸੈਟਰਡੇ ਲੱਗਦਾ ਹੈ ਗਾਇਸ ਪਹਿਲਾਂ ਇੱਕ ਸੈਟਰਡੇ ਲੱਗਣਾ ਫਿਰ ਦੂਜੇ ਸੈਟਰਡੇ ਫਿਰ ਤੀਜੇ ਸੈਟਰਡੇ ਤੇ ਤਿੰਨੇ ਵਾਰੀ ਲੋਕ ਜਿਹੜੇ ਉਹ ਗੁਲਗੁਲੇ ਲੈ ਕੇ ਜਾਂਦੇ ਤਿੰਨੇ ਵਾਰੀ ਗੁਲਗੁਲੇ ਲੈ ਕੇ ਜਾਂਦੇ ਵੈਰੀ ਨਾਈਸ ਜੀ ਗੁਲਗੁਲੇ ਉੱਥੇ ਇੰਨੇ ਕੁ ਹੁੰਦੇ ਆ ਵੀ ਗੁਲਗੁਲਿਆਂ ਦੇ ਢੇਰ ਲੱਗੇ ਹੁੰਦੇ ਨੇ ਵੱਡੇ ਵੱਡੇ ਜੁੱਡੇ ਕਰ ਬਹੁਤ ਵੱਡੇ ਵੱਡੇ ਢੇਰ ਲੱਗੇ ਹੁੰਦੇ ਹਾਂਜੀ ਤੇ ਦੇਖੋ ਜੀ ਜਰਗ ਦਾ ਮੇਲਾ ਜਿਹੜੇ ਪਰਿਵਾਰਾਂ ਨੂੰ ਪਤਾ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਜੇ ਆਪਾਂ ਖੰਨੇ ਤੋਂ ਗੱਲ ਕਰਨਾ ਖੰਨੇ ਤੋਂ 16 ਕਿਲੋਮੀਟਰ ਪੈਂਦਾ ਜਰਗ ਮਰੇਲਕੋਟਲੇ ਤੋਂ ਪੈਂਦਾ 18 ਕਿਲੋਮੀਟਰ ਸੈਂਟਰ 'ਚ ਆ ਜਾਂਦਾ ਜਦੋਂ ਖੰਨੇ ਤੋਂ ਮਰੇਲਕੋਟਲਾ ਰੋਡ 'ਤੇ ਵਿਚਾਲੇ ਜਰਗ ਪਿੰਡ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਉਸ ਮੇਲੇ ਦੀ ਗੱਲ ਕਰਦੇ ਹਾਂ ਅਸੀਂ ਅਤੇ ਉਹ ਮੇਲੇ 'ਤੇ ਪਹਿਲਾਂ ਜਿਹੜਾ ਟਾਈਮ ਹੁੰਦਾ ਸੀ ਹੁਣ ਵੀ ਉੱਦਾਂ ਹੀ ਚੱਲਿਆ ਆਉਂਦਾ ਸੇਮ ਹੀ ਉਦੋਂ ਘਰੋਂ ਗੁਲਗੁਲੇ ਕਚੌਰੀਆਂ ਅਤੇ ਪਕੌੜੇ ਅੱਛਾ ਇਹ ਹਰੇਕ ਪਰਿਵਾਰ ਨੇ ਆਪੋ ਆਪਦੇ ਹਿਸਾਬ ਨਾਲ ਆਪੋ ਆਪਣੇ ਟੇਸਟ ਦੇ ਮੁਤਾਬਕ ਬਣਾ ਕੇ ਉੱਥੇ ਲੈ ਕੇ ਜਾਣੇ ਆ ਜਿਹੜੇ ਗੁਲਗੁਲੇ ਆ ਉਹ ਤਾਂ ਲੈ ਕੇ ਜਾਣੇ ਮੱਥਾ ਟੇਕਣ ਨੂੰ ਜਿਹੜੀਆਂ ਕਚੌਰੀਆਂ ਤੇ ਪਕੌੜੇ ਆ ਉਹ ਲੈ ਕੇ ਜਾਣੇ ਆਪਦੇ ਜੀਆਂ ਦੇ ਹਿਸਾਬ ਨਾਲ ਵੀ ਤੁਸੀਂ ਕਿੰਨੇ ਜਾਣੇ ਉੱਥੇ ਬੈਠ ਕੇ ਖਾਣ ਨੂੰ ਉਹ ਅੱਛਾ ਉੱਥੇ ਮੇਲੇ 'ਚ ਜਾ ਕੇ ਨਹੀਂ ਲੈ ਕੇ ਖਾਣੇ ਉੱਥੇ ਕੀ ਕਰਦੇ ਟਰਾਲੀਆਂ ਅਲੱਗ ਅਲੱਗ ਪਿੰਡਾਂ 'ਚੋਂ ਭਰ ਕੇ ਆਉਂਦੀਆਂ ਗੁਰੂ ਘਰ ਹਰੇਕ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਟਰਾਲੀਆਂ ਖੜੀਆਂ ਹੁੰਦੀਆਂ ਨੇ ਤੇ ਅਨਾਊਂਸਮੈਂਟ ਕਰ ਦਿੰਦੇ ਨੇ ਵੀ ਭਾਈ ਟਰਾਲੀ ਚੱਲੀ ਹੈ ਜਰਗ ਦੇ ਮੇਲੇ 'ਤੇ 8 ਵਜੇ ਟਰਾਲੀ ਖੜੂਗੀ ਤੇ ਟਰੈਕਟਰ ਟਰਾਲੀ ਉੱਥੇ 4 ਵਜੇ ਮੁੜ ਕੇ ਉਹ ਜਿਨ੍ਹਾਂ ਨੇ ਮੇਲੇ 'ਤੇ ਜਾਣਾ ਉਹ ਆ ਜਾਓ ਬੰਦੇ ਅਤੇ ਬੀਬੀਆਂ ਟਰਾਲੀਆਂ 'ਚ ਬੈਠਦੇ ਆ ਸਿੱਧੇ ਜਰਗ ਦੇ ਮੇਲੇ 'ਤੇ ਗੁਲਗੁਲਿਆਂ ਦਾ ਮੱਥਾ ਟੇਕਿਆ ਉਹ ਤੋਂ ਬਾਅਦ ਚੌਂਕੜੀਆਂ ਮਾਰੀਆਂ ਜਿੱਥੇ ਉਹ ਸਮਾਧ ਬਣੀ ਹੋਈ ਆ ਉਹਦੇ ਆਲੇ ਦੁਆਲੇ ਬੜੇ ਦਰਖਤ ਲੱਗੇ ਹੋਏ ਨੇ ਉੱਥੇ ਚੌਂਕੜੀਆਂ ਮਾਰ ਕੇ ਥੱਲੇ ਬੈਠ ਜਾਣ ਤੇ ਸਾਰਿਆਂ ਨੇ ਆਪਣੀ ਉਹ ਚਟਣੀ ਰੱਖ ਕੇ ਤੇ ਕਚੌਰੀਆਂ ਰੱਖ ਕੇ ਨਾਲ ਪਕੌੜੇ ਰੱਖ ਕੇ ਬਹਿ ਜਾਣਾ ਤੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਵੱਡਿਆਂ ਨੇ ਸਾਰੇ ਜਿੰਨੇ ਪਿੰਡ ਦੇ ਗਏ ਨੇ ਸਾਰਿਆਂ ਨੇ ਉਹ ਚੀਜ਼ ਸ਼ੇਅਰ ਕਰ ਲੈਣੀ ਵੀ ਲਿਆਓ ਜੀ ਤੁਸੀਂ ਕਚੌਰੀਆਂ ਚੱਕੋ ਤੁਹਾਡੀਆਂ ਕਚੌਰੀਆਂ ਚੱਕੋ ਸਾਡੇ ਪਕੌੜੇ ਇੱਕ ਦੂਜੇ ਨਾਲ ਬਦਲ ਕੇ ਉੱਥੇ 50-50, 100-100 ਬੰਦਿਆਂ ਨੇ ਝੁੰਡ ਲੱਗਿਆ ਹੁੰਦਾ ਜਿਹੜੇ ਕਿ ਮੈਨੂੰ ਲੱਗਦਾ ਵੀ 100 ਝੁੰਡ ਹੁੰਦਾ ਉਹ 100-100 ਬੰਦੇ ਦਾ ਉਹ ਸਾਰਿਆਂ ਨੇ ਰਲ ਕੇ ਫਿਰ ਉਹ ਛਕਣਾ ਤੇ ਮੱਥਾ ਟੇਕਣਾ ਉੱਥੇ ਉੱਥੇ ਇੱਕ ਸਭ ਤੋਂ ਖਾਸ ਗੱਲ ਮੈਨੂੰ ਕੀ ਲੱਗਦੀ ਹੈ ਉੱਥੇ ਨਾ ਇੱਕ ਮੁਰਗੀਆਂ ਫੜੀ ਫਿਰਦੇ ਹੁੰਦੇ ਨੇ ਕਈ ਮੁਰਗੀ ਦੀ ਲੱਤ ਨੂੰ ਬੰਨੀ ਹੁੰਦੀ ਇਹਨਾਂ ਨੇ ਰੱਸੀ ਉਹ ਸਾਰਿਆਂ ਕੋਲੇ ਕਹਿੰਦੇ ਫਿਰਦੇ ਹੁੰਦੇ ਨੇ ਜੀਂਦਾ ਜੀ ਛਡਾ ਲਓ ਜੀਂਦਾ ਜੀ ਛਡਾ ਲਓ ਅਗਲਾ ਕਹਿੰਦਾ ਛੱਡ ਦੇ ਯਾਰ ਉਹ ਛੱਡ ਦਿੰਦੇ ਨੇ 10 ਰੁਪਏ ਅਗਲਾ ਨੂੰ ਦਿੰਦਾ ਵੀ ਜਾ ਫਿਰ 10 ਰੁਪਏ ਨੂੰ ਛੱਡ ਦੇ ਉਹ ਛੱਡਦੇ ਨੇ ਫਿਰ ਫੜ ਲੈਂਦੇ ਨੇ ਉਹ ਦੂਜੇ ਕੋਲੇ ਜਾ ਕੇ ਫਿਰ ਕਹਿੰਦੇ ਜੀਂਦਾ ਜੀ ਛਡਾ ਲਓ ਉਹ ਫਿਰ ਕਹਿੰਦਾ ਚੱਕ 10 ਰੁਪਏ ਛੱਡ ਦੇ ਉਹ ਇੱਕ ਉੱਥੋਂ ਦਾ ਰਿਵਾਜ਼ ਆ ਇਹ ਜੀ ਜਿਹੜਾ ਕਿ ਉਹ ਮੇਲੇ ਤੇ ਹੁੰਦਾ ਤੇ ਗੁਲਗੁਲੇ ਉੱਥੇ ਮੱਥਾ ਟੇਕਿਆ ਜਾਂਦਾ
लागी जिन्हों कह दें फिर गुलगुले अपने घर लै जाते हैं जिन्हें उन्होंने खाने ने उन्होंने खा लेने बाकी उन्होंने पी के फिर अपने डंगर पा देंगे जी ये है जर्ग के मेले का रवाज इदा जर्ग का कचौरिया तो अपनी गल चली हाँ कचौरिया तो खास करके कचौरिया जिम्मे मैं पता भी आटे दनाते का बना के मटर का घो मटर बना के आलू पा के बनाई जाती है सरों के तेल च बन दया ने दही के नालू खाते बड़िया स्वाद बन गया कई चटनी के नाल भी खा लेंगे कई दही के नाल भी खा लेंगे ते क्या कचौरिया घेंट ने नत्त साबणा नूं पता होगा नत्त साबणा दा वी एरिया उही एरिया जर्ग दा मेला जी उत्थे फिर मेले च कुछ लैके नहीं खांदे अपना साफ सुथरा घरों बना के जाना अपना साफ सुथरा घरों ते ओह शेयर करना इक दूजे नाल भाईचारक सांझ 100-100 बंदे ने इकट्ठे बैठ मैं ना खैर मैं कई बार घरे भी गल करदी हुंदी आ ते मैनूं कई बार इह महसूस हुंदा अपने आप नूं जदों तुसीं ना पिंड च रहे नहीं होंगे तुसी पिंड च पले नहीं होंगे तुसी आप दे सभ्याचार दा बहुत एक वड्डा हिस्सा तो खुंझ जांदा हाँ। पहली गल तां जिहड़ी थोड़ी जबान क्योंकि जिहड़े अपने पिंडां दे विच आम बोलचाल वाले शब्द आ ओह बहुत ना कीमती खजाना कह लो है ना बड़े ओह शब्द जिहड़े ओह कई पीढ़ियां दर पीढ़ियां उवें ही चले आउंदे हुंदे आ मैं एक दिन किसी ना गल कर दी सी ते ओह अचानक मैनू ओह कहन लगे कहिंदे वी आए करके वी मेरे दादा जी कहिंदे हुंदे सी दादे मगाउणियो अपने बीजी दे मूंह चो सुनिया सी हुण गां मैनू नहीं लगदा वी मैं इह वरतूंगी ते गां मेरे बच्चे इह वरतणगे क्योंकि ओह जिहड़ा इक लिंक सी टुट गया हुण चलो मैनू ते किते याद रह गया ते इस तरीके दे होर बहुत सारे शब्द आ जिहड़े ओह खुंझ जांदे ते दूसरी गल जिहड़ी मैनू महसूस हुंदी आ ओह इह जिवें हुण मेलियां ते जाण दा इक तुहाडा जिहड़ा उत्थे माहौल देखण दा इक तरीका हुंदा सी ओह चीज़ नूं तुसीं हमेशा लई अपने दिमाग दे विच कैद कर लिया कि जी जर्ग दा मेला ओहदा माहौल आहा सी ते फिर उत्थे किवें आपस दे विच सोशलाइज़ होणा है ना आपस दे विच गल्लां बातां चीज़ां इक दूजे नाल सांझियां करनियां सो इह चीज़ ना मैनूं कई वारी मेरी कंप्लेंट वी हुंदी आ अपने माता पिता दा वी तुसीं इह जिहड़ा सानूं शहरां दे विच लिया के तुसीं छड्डता ते इह बहुत वड्डी इक थोतों गलती जरूर होई आ क्योंकि पिंडां दे विच सिखण नूं बहुत कुछ आ लफ्ज़ बड़े सोहणे आ ते होर इदां ही इक गल चली सीगी असीसां दी ਇਹ ਵੀ ਪਿੰਡਾਂ ਦਾ ਇੱਕ ਬਹੁਤ ਵਧੀਆ ਕਲਚਰ ਹੁੰਦਾ ਸੀ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਆ ਕੇ ਘਟ ਗਿਆ ਤੇ ਫਿਰ ਅਲੋਪ ਹੋ ਗਿਆ ਤੇ ਪਰ ਮੈਨੂੰ ਹਲੇ ਕਈ ਕਈ ਵਾਰੀ ਘਰ ਦੇ ਵਿੱਚ ਨਾ ਜਦੋਂ ਕਦੇ ਕਿਤੇ ਮਾਹੌਲ ਬਣੇ ਖਾਸ ਕਰਕੇ ਰੱਖੜੀ ਦਾ ਮਾਹੌਲ ਹੋਵੇ ਫਿਰ ਮੈਂ ਆਪਣੇ ਬ੍ਰਦਰ ਨੂੰ ਕਹਿੰਦੀ ਹੁੰਦੀ ਹਾਂ ਵੀ ਹੁਣ ਮੈਂ ਤੇਰੇ ਰੱਖੜੀ ਬੰਨੀ ਆ ਤੂੰ ਹੁਣ ਮੇਰੇ ਪੈਰੀ ਹੱਥ ਲਾ ਤੇ ਫਿਰ ਮੈਂ ਤੈਨੂੰ ਇੱਕ ਸੋਹਣੀ ਜੀ ਅਸੀਸ ਦਊਂਗੀ ਹੈ ਨਾ ਤੇ ਅਸੀਸਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਸੀ ਅਸੀਸਾਂ ਮਿਲਦੀਆਂ ਹਨ ਜਿਉਂਦਾ ਵਸਦਾ ਰਹਿ ਜਾਂ ਦੁੱਧੀ ਫਲੇ ਪੁੱਤੀ ਦੁੱਧੀ ਨਾਵੇਂ ਪੁੱਤੀ ਫਲੇ ਤੇ ਹੋਰ ਬਹੁਤ ਸਾਰੀਆਂ ਇੱਕ ਮੇਰੇ ਬੀਜੀ ਹੁਣਾਂ ਦੀ ਫੇਵਰੇਟ ਅਸੀਸ ਹੁੰਦੀ ਸੀ ਉਹਨਾਂ ਨੇ ਕਹਿਣਾ ਖਾਸ ਕਰਕੇ ਜਦੋਂ ਮੁੰਡਿਆਂ ਦੇ ਪੈਰੀ ਹੱਥ ਲਾਉਣੇ ਹਨਾ ਉਹਨਾਂ ਨੇ ਕਹਿਣਾ ਤੇਰੇ ਸਿਉਣ ਸਿਹਰੇ ਲੱਗਣ खास मेहमान चेयर ते बिठाउंदे ₹20,000 निकलिया मैं ₹20,000 कढ के दीप आ पैसे निकले ओह कहिंदा बीबी आई ਕਹਿੰਦਾ ਅਸੀਂ ਜਦੋਂ ਮਾਤਾ ਆ ਗਈ ਮਾਤਾ ਕਹਿੰਦੀ ਕੀ ਕਹਿੰਦਾ ਮਾਤਾ ਤੂੰ ਕਹਿੰਦੀ ਨੀ ਹੁੰਦੀ ਸੀ ਵੀ ਧਰ ਧਰ ਭੁੱਲੇਗਾ ਕਹਿੰਦਾ ਪਤਾ ਨੀ ਕਦੋਂ ਦਾ ਭੁੱਲਿਆ ਹੋਇਆ ਮੈਂ ਕਹਿੰਦਾ ਮੈਨੂੰ ਲੱਗਦਾ ਵੀ ਕੋਈ ਮੈਨੂੰ ਆਪਣੇ ਗਾਉਣ ਲਈ ਕੋਈ ਆਪਣੇ ਸਾਈ ਦੇਣ ਆਇਆ ਹੋਊਗਾ ਤੇ ਮੈਂ ਉਹ ਫੜ ਕੇ ਰੱਖ ਲਿਆ ਵੀ ਚੱਲ ਬਾਅਦ ਚੱਕ ਲੈਣਾ ਵੀ ਬਾਅਦ ਚ ਮੈਂ ਭੁੱਲ ਗਿਆ ਪਤਾ ਹੀ ਨੀ ਕਦੋਂ ਕਦੇ ਨੇ ਹੁਣ ਇਹ ਕਹਿੰਦਾ ਮਾਤਾ ਜਿਉਂਦੀ ਰਹਿ ਕਹਿੰਦਾ ਤੇਰੀਆਂ ਅਸੀਸਾਂ ਕਹਿੰਦਾ ਆਹ ਕੰਮ ਦੇ ਕਹਿੰਦਾ ਸੱਚੀ ਤਰ ਤਰ ਭੁੱਲਦਾ ਇਹ ਹੈਗੀਆਂ ਨੇ ਅਸੀਸਾਂ ਸੱਚੀ ਗੱਲ ਮੈਨੂੰ ਲੱਗਿਆ ਮੈਂ ਕਿਹਾ ਕਿਆ ਬਾਤ ਇਸ ਗੱਲ ਤੋਂ ਤਾਂ ਮੈਨੂੰ ਆਏ ਖਿਆਲ ਆ ਗਈ ਗੱਲ ਵੀ ਇੱਕ ਅਸੀਸ ਆ ਵੀ ਹੁੰਦੀ ਸੀ ਵੀ ਤੂੰ ਭਾਈ ਪੈਸਿਆਂ ਚ ਖੇਡੇ ਹਾਂ ਹੈਨਾ ਤੇ ਇਹ ਵੀ ਮੇਰੇ ਵਾਂਗੂ ਕੋਈ ਬੈਂਕ ਦੀ ਨੌਕਰੀ ਕਰਨ ਲੱਗ ਗਿਆ ਹੈਨਾ ਤੇ ਫਿਰ ਉਹ ਆਪਣੇ ਮਾਤਾ ਜੀ ਨੂੰ ਕਹਿੰਦਾ ਵੀ ਤੁਸੀਂ ਕਹਿੰਦੇ ਹੁੰਦੇ ਸੀ ਪੈਸਿਆਂ ਚ ਖੇਡੇ ਤੇ ਹੁਣ ਚੱਲ ਪੈਸੇ ਮੇਰੇ ਨਹੀਂ ਲੋਕਾਂ ਦੇ ਪਰ ਮੈਂ ਪੈਸਿਆਂ ਚ ਖੇਡਦਾ ਜ਼ਰੂਰ ਹਾਂ ਇੱਕ ਮੇਰੇ
ਖੈਰ ਹੁਣ ਗੱਲ ਹੋ ਸਕਦਾ ਆਪਣੀ ਲੰਬੀ ਥੋੜੀ ਜਿਹੀ ਹੋ ਜੇ ਇੱਕ ਹੋਰ ਅਸੀਸ ਨਾ ਮੇਰੇ ਮਾਤਾ ਜੀ ਦੇ ਭੂਆ ਜੀ ਉਹ ਇਹ ਅਸੀਸ ਦਿਆ ਕਰਦੇ ਸੀ ਜਦੋਂ ਮਾਮਾ ਜੀ ਹੁਣਾਂ ਨੇ ਉਹਨਾਂ ਦੇ ਪੈਰੀ ਹੱਥ ਲਾਉਣੇ ਹਨਾ ਕਿਉਂਕਿ ਉਹ ਮੇਰੇ ਨਾਨਕੇ ਰਹਿੰਦੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਤੁਸੀਂ ਤਰੱਕੀਆਂ ਕਰੋ ਵੱਡੇ ਅਫਸਰ ਬਣੋ ਤੁਹਾਡੇ ਅੱਗੇ ਪਿੱਛੇ ਗੱਡੀਆਂ ਘੂ ਘੂ ਕਰਦੀਆਂ ਫਿਰ ਹਨਾ ਤੇ ਮੇਰੇ ਇੱਕ ਛੋਟੇ ਮਾਮਾ ਜੀ ਤੇ ਉਹ ਨਾ ਬੜੇ ਸ਼ਰਾਰਤੀ ਜਿਹੇ ਕਿਸਮ ਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਹਿਣਾ ਵੀ ਬੇਬੇ ਵੀ ਤੂੰ ਆ ਨਾ ਮਗਰ ਕਿਆ ਕਰ ਅਫਸਰ ਬਣੇ ਠੀਕ ਆ ਹਨਾ ਗੱਡੀਆਂ ਚ ਘੁੰਮਣਾ ਵੀ ਠੀਕ ਆ ਪਰ ਜਿਹੜੀਆਂ ਅੱਗੇ ਪਿੱਛੇ ਗੱਡੀਆਂ ਘੂ ਘੂ ਤੇ ਹੋਰ ਅਸੀਂ ਕਿਸੇ ਹੋਰ ਜੁਰਮ ਦੇ ਵਿੱਚ ਤੇ ਪੁਲਿਸ ਸਾਨੂੰ ਲੱਭਦੀ ਫਿਰੇ ਤੇ ਕਿਉਂ जे कोई माड़ा भी किसी कढ देवे ना वह भी लग जाती है जे चंगा कढ देवे वह भी लग जाती है सो वह अपने डिपेंड करता भी तुसीं चंगी मूंह चो कढ़ाउणी है कि तुसीं माड़ी मूंह दे विचों कढ़ाउणी है सो बड़ियां गल्लां ने जी जरग दे मेले वाले पासे नूं निकल गए सी होर बहुत सारियां गल्लां इदां दी हैगियां ने जिहड़ियां कि यादां जिवें तुसीं कहिंदे वी पंजाब नूं वी पिंडां दे विच असीं घट रहे हां जी ते पिंडां दे विच तां देखो लो वी जी भाईचारक सांझ इक आ क्योंकि आपां पीढ़ियां पीढ़ियां तो कट्ठे हैं जानते होंगे आप सौ सत पीढ़ियां लखा जैसर का लखा सिंह पुला जैसर का लखा पुला दो भरा सके लखा जैसर का पुला जैसर का जैसर जैसी का जैसी सिद्ध का सिद्ध ब्रयाम का ब्रयाम सूरज भान का ए पीढ़ियां चलिया आंदियां ने वो लोग लखा वह मुंडा पुला जैसर का उदों के पिंड की साड़ी गल होती मैं कई बार दस चुका जो नाल सिंह भी नहीं लगता सूरज भान लगता हों उदों के साडे पिंड दे दादे पड़दादियां दे नां चले आउंदे ने उदों दे कट्ठे आ उदों दे इक दूजे नूं जाणदे आ रातां नूं जाके कोई कोई 19 21 कोई गल हुंदी सीगी कोई किसे दे कोई कोई दा कोई बाहर लड़ाई झगड़ा करके अगला कहिंदा पुत तूं छड्ड आ जा तैनूं पुलिस ना चक्के लै जे रात नूं इन्नी भाई जर दा किहड़ा पड़दा शहरां दे विच कोई हैगा शहरां दे विच तां कोई कोई इक साग दी कौली नहीं दिंदा किसे नूं क्योंकि जाणदे ही नहीं हुंदे राइट हुण इत्थे ला लो अपनात नहीं हुंदी ओह हैना हुण असीं लुधियाणे दे आ साडे नाल आ घर जलंधर दे आ जिहड़े दूजे आ ओह हैगे ने अमृतसर दे ਉਦੋਂ ਬਾਅਦ ਕੋਈ ਹਰਿਆਣੇ ਦਾ ਕੋਈ ਹਿਮਾਚਲ ਦਾ ਭਾਈਚਾਰਕ ਸਾਂਝ ਕਿਵੇਂ ਵੱਧੀ ਨਹੀਂ ਜੇ ਭਾਈਚਾਰਕ ਸਾਂਝ ਆਪਾਂ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਉਹਨਾਂ ਦੇ ਰੀਤੀ ਰਿਵਾਜ ਹੋਰ ਉਹਨਾਂ ਨੂੰ ਕੁਛ ਹੋਰ ਚੰਗਾ ਲੱਗਦਾ ਆਪਾਂ ਨੂੰ ਕੁਛ ਹੋਰ ਚੰਗਾ ਲੱਗਦਾ ਉਹਨਾਂ ਦੀ ਹੋਰ ਬੋਲੀ ਆਪਣੀ ਹੋਰ ਬੋਲੀ ਜਿੰਨਾ ਮਰਜ਼ੀ ਕਰ ਲਈਏ ਕਈ ਵਾਰੀ ਤੁਹਾਡੀ ਬੌਂਡਿੰਗ ਵਧੀਆ ਬਣ ਜਾਂਦੀ ਹੈ ਪਰ ਕਈ ਵਾਰੀ ਜ਼ਿਆਦਾ ਟਾਈਮ ਨਹੀਂ ਰਲਦੀ ਉਹ ਜਿਹੜੇ ਪਿੰਡ ਦੇ ਹੁੰਦੇ ਆ ਨਾ ਉਹ ਇੱਕ ਦੂਜੇ ਨੂੰ ਆਪਾਂ ਇੰਨਾ ਜਾਣਦੇ ਹੁੰਦੇ ਆ ਤਾਂ ਕਿ ਉਹ ਇੰਨਾ ਤੁਹਾਡਾ ਸਰਕਲ ਪਿੰਡ ਦੇ ਵਿੱਚ ਚੱਲਦਾ ਹੁੰਦਾ ਵੀ ਸਿੱਖਣ ਨੂੰ ਬਹੁਤ ਕੁਛ ਆ ਮਾਹੌਲ ਨਾ ਇੱਕ ਆਪਦੇ ਬੱਚਿਆਂ ਵਾਂਗੂ ਸਮਝਦੇ ਆ ਤੁਹਾਨੂੰ ਬਿਲਕੁਲ ਜਿਵੇਂ ਆਪਦੇ ਬੱਚਿਆਂ ਨੂੰ ਸਮਝਾਇਆ ਤੁਹਾਡੇ ਬੱਚਿਆਂ ਨੂੰ ਉਹ ਇੱਕ ਗੱਲ ਹੁੰਦੀ ਹੈ ਤਾਂ ਕਰਕੇ ਆਪਾਂ ਸਿਆਣੇ ਸਮਝਦਾਰ ਬਣੇ ਰਹਿੰਦੇ ਆ ਬਿਲਕੁਲ ਕਿਉਂਕਿ ਇੱਕ ਨਾ ਜਿੱਦਾਂ ਉਹੀ ਗੱਲ ਆ ਵੀ ਖਾਣ ਪੀਣ ਖੁੱਲਾ ਸੋਚ ਖੁੱਲੀ ਤੇ ਫਿਰ ਜਿਹੜਾ ਹੁਣ ਸਾਰੇ ਪਿੰਡ ਦਾ ਆਪਸ ਦੇ ਵਿੱਚ ਵਰਤ ਵਰਤਾਰਾ ਉਹ ਵੀ ਬੜਾ ਖੁੱਲਾ ਹਨਾ ਤੇ ਹੁਣ ਇੱਥੇ ਇਹ ਥੋੜੀ ਹੁੰਦਾ ਸੀ ਵੀ ਹਾਂ ਫਲਾਨੇ ਦੇ ਬੱਚੇ ਵੀ ਇਹਦੇ ਘਰੇ ਰੋਟੀ ਖਾਇਆ ਹੈ ਉਹਦੇ ਘਰੇ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਕਿਹਦੇ ਘਰੇ ਬੱਚਿਆਂ ਨੇ ਰੋਟੀ ਖਾ ਲਈ ਉਸੇ ਆਪਣੱਤ ਦੇ ਨਾਲ ਸਾਰੇ ਜਾਣੇ ਇੱਕ ਦੂਜੇ ਦੇ ਬੱਚਿਆਂ ਨੂੰ ਪਿਆਰ ਕਰਦੇ ਹੁੰਦੇ ਸੀਗੇ ਹਨਾ ਤੇ ਫਿਰ ਵਧੀਆ ਗੱਲ ਇਹ ਹੁੰਦੀ ਸੀਗੀ ਕਿ ਜਦੋਂ ਕੋਈ ਵਿਆਹ ਸ਼ਾਦੀ ਵੀ ਹੁੰਦੀ ਸੀ ਫਿਰ ਉਹ ਇੱਕ ਘਰ ਦੀ ਵਿਆਹ ਸ਼ਾਦੀ ਨਹੀਂ ਸੀ ਉਹ ਸਾਰੇ ਪਿੰਡ ਦੀ ਹੋਈ ਵਿਆਹ ਸ਼ਾਦੀ ਹੁੰਦੀ ਸੀ ਹਨਾ ਤੇ ਮੈਨੂੰ ਯਾਦ ਆ ਕਿ ਜਦੋਂ ਕਈ ਵਾਰੀ ਨਾ ਫਾਦਰ ਸਾਹਿਬ ਨਾਲ ਪਿੰਡ ਜਾਣਾ ਤੇ ਉੱਥੇ ਜਦੋਂ ਸੰਗਰਾਂਦ ਖਾਸ ਕਰਕੇ ਹੋਣੀ ਤੇ ਉੱਥੇ ਫਿਰ ਲਾਲ ਚੰਦ ਯਮਲਾ ਜੱਟ ਜੀ ਦਾ ਨਾ ਇਹੋ ਗਾਣਾ ਧਾਰਮਿਕ ਗੀਤ ਆ ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਇੱਕ ਉਹ ਹੁੰਦਾ ਸੀ ਇੱਕ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਨੀਜਾ ਲਾਲਾ ਵੇਦੀ ਦੁਨੀਆ ਸਾਰੀ ਸੋ ਇਹ ਹੁਣ ਵੀ ਮੈਂ ਜਦੋਂ ਕਦੇ ਗੀਤ ਇਹ ਸੁਣਦੀ ਹਾਂ ਨਾ ਤੇ ਮੈਨੂੰ ਉਸੇ ਤਰ੍ਹਾਂ ਲੱਗਦਾ ਵੀ ਸਵਖਤ ਅਸੀਂ ਸ਼ਹਿਰੋਂ ਤੁਰ ਪਏ ਹਾਂ ਤੇ ਅਸੀਂ ਸਕੂਟਰ ਤੇ ਆਮ ਕਰਕੇ ਹੁੰਦੇ ਸੀਗੇ ਤੇ ਫਾਦਰ ਸਾਹਿਬ ਦੀ ਮਗਰ ਮੈਂ ਸਕੂਟਰ ਤੇ ਬੈਠੀ ਤੇ ਅਸੀਂ ਤੜਕੇ ਪਿੰਡ ਸਵੇਰੇ ਸਵੇਰੇ ਸਵੇਰ ਦੀ ਚਾਹ ਉੱਥੇ ਜਾ ਕੇ ਪੀਤੀ ਹੈ ਨਾ ਤੇ ਰਾਹ ਚ ਫਿਰ ਜਦੋਂ ਉਹ ਸੁਣਦੇ ਜਾਣਾ ਕਿਉਂਕਿ ਉੱਚੀ ਸਪੀਕਰਾਂ ਵਾਲਾ ਰਿਵਾਜ਼ ਸੀਗਾ ਉਦੋਂ ਤੇ ਫਿਰ ਬੜਾ ਇੱਦਾਂ ਸਕੂਨ ਜਿਹਾ ਵੀ ਕਿਸੇ ਨੂੰ ਕੋਈ ਕਾਹਲੀ ਵੀ ਨਹੀਂ ਨਾ ਹੀ ਇੱਥੇ ਕੋਈ ਹੋਰ ਰੌਲਾ ਗੌਲਾ ਆਰਾਮ ਨਾਲ ਲੋਕ ਆਪਣਾ ਬੈਠੇ ਆ ਜੇ ਕਿਤੇ ਜਿਵੇਂ ਆਪਾਂ ਕੱਲ੍ਹ ਗੱਲ ਕਰਦੇ ਸੀ ਸਰਦੀ ਦੇ ਮੌਸਮ ਦੇ ਵਿੱਚ ਕਿਤੇ ਬੈਠੇ ਵੀ ਆ ਧੂਣੀ ਸੇਕਦੇ ਆ ਆਰਾਮ ਨਾਲ ਬੈਠੇ ਆ ਹਨਾ ਜੇ ਘਰ ਪਹੁੰਚਣਾ ਬੀਜੀ ਹੁਣੀ ਦਲਾਨ ਚ ਮੰਜਾ ਜਾਂ ਬੈਠਕ ਚ ਮੰਜਾ ਡਾਇਆ ਹੋਇਆ ਉਹ ਚਾਹ ਦੀ ਬਾਟੀ ਲੈ ਕੇ ਬਹਿੰਦੇ ਹੁੰਦੇ ਸੀਗੇ ਤੇ ਚਾਹ ਦੀ ਬਾਟੀ ਲੈ ਕੇ ਬੈਠੇ ਆਰਾਮ ਨਾਲ ਬੈਠੇ ਉਹਨਾਂ ਨੂੰ ਕੋਈ ਕਾਹਲੀ ਨਹੀਂ ਹੈਗੀ ਤਾਈ ਜੀ ਆ ਰਸੋਈ ਚ ਉਹਨਾਂ ਨੂੰ ਕੋਈ ਕਾਹਲੀ ਨਹੀਂ ਹੈ ਨਾ ਆਰਾਮ ਦੇ ਨਾਲ ਸਕੂਨ ਦੇ ਨਾਲ ਚਿਹਰੇ ਤੇ ਖੁਸ਼ੀ ਜੀ ਦੇ ਨਾਲ ਸਾਰੇ ਹੁੰਦੇ ਸੀਗੇ ਤੇ ਹੁਣ ਤੁਸੀਂ ਹੁਣ ਦੇਖੋ ਜੇ ਮੈਂ ਹੁਣ ਇੱਥੇ ਲੋਕ ਰਹਿੰਦੇ ਆ ਹਨਾ ਸੋਹਣੀ ਕੰਟਰੀ ਆ ਸੋਹਣਾ ਮੁਲਕ ਆ ਬੜਾ ਕੁਛ ਕੈਨੇਡਾ ਨੇ ਆਪਾਂ ਨੂੰ ਦਿੱਤਾ ਇੱਜ਼ਤ ਦੌਲਤ ਸ਼ੌਹਰਤ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਵੀ ਕੰਟਰੀ ਦਾ ਤਾਂ ਲੱਖ ਵਾਰ ਵੀ ਕੰਟਰੀ ਦਾ ਕਹਿੰਦੇ ਦਵਾਵਾਂ ਮੰਗੀਏ ਥੋੜੀਆਂ ਨੇ ਇੰਨਾ ਕੁਛ ਕੰਟਰੀ ਨੇ ਆਪਾਂ ਨੂੰ ਦਿੱਤਾ ਪਰ ਕਿਤੇ ਨਾ ਕਿਤੇ ਜਿਹੜੀ ਯਾਦ ਉੱਥੇ ਪੰਜਾਬ ਦੇ ਵਿੱਚ ਉਹ ਦਿਮਾਗ 'ਚੋਂ ਨਿਕਲਦੀ ਨਹੀਂ ਕਿਉਂਕਿ ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਹੜ ਬਾਏ ਬਹੁਤ ਬਹੁਤ ਕੁਛ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਸੈੱਟ ਕਰਤਾ ਜਿਵੇਂ ਵੀ ਹੈ ਪਰ ਆਹ ਦਿਨਾਂ ਦੇ ਵਿੱਚ ਜਦੋਂ ਵਿੰਡੋ ਦੇ ਵਿੱਚ ਬੈਠੇ ਬਾਹਰ ਨੂੰ ਐਂ ਦੇਖਦੇ ਹੁੰਦੇ ਆ ਨਾ
ਉਦੋਂ ਉਹਨਾਂ ਨੂੰ ਪਿੱਛੋਂ ਦੇਖ ਕੇ ਆਉਂਦੇ ਮੈਂ ਹੁਣ ਅਸੀਂ ਕਰ ਨਹੀਂ ਸਕਦੇ ਕੁਛ ਵੀ ਜੇ ਹੁਣ ਤੁਹਾਨੂੰ ਤੁਸੀਂ ਉੱਥੇ ਜਾਂਦੇ ਹੋ ਤਾਂ ਮਹੀਨੇ ਨੂੰ ਭਾਈ ਫੇਰ ਉਹ ਜੇ ਫੇਰ ਆਏ ਵੀ ਅਸੀਂ ਤੁਹਾਨੂੰ ਉੱਥੇ ਤੁਹਾਡੀਆਂ ਖੁਸ਼ੀਆਂ ਤੁਹਾਨੂੰ ਉੱਥੇ ਅਸੀਂ ਦੇ ਨਹੀਂ ਸਕਦੇ ਕਿਉਂਕਿ ਸਾਡੇ ਬੱਚੇ ਹੁਣ ਇੱਥੇ ਸੈੱਟ ਆ ਉਦੋਂ ਅੰਦਰ ਹੀ ਅੰਦਰ ਮਨ ਦੇ ਵਿੱਚ ਘੁਲਦੇ ਜ਼ਰੂਰ ਆ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਆਉਂਦੇ ਵੀ ਹਾਏ ਸਾਡੇ ਬਜ਼ੁਰਗ ਵਿਚਾਰੇ ਬਾਹਰ ਨੂੰ ਝਾਕਦੇ ਆ ਬੈਠੇ ਤੜਫਦੇ ਆ ਬਜ਼ੁਰਗ ਸਾਡੇ ਬੈਠੇ ਖੁੱਲ੍ਹੇ ਮਾਹੌਲ 'ਚ ਬੈਠਣ ਚਟਾ ਕੁੜਤਾ ਪਜਾਮਾ ਪਾ ਕੇ ਸੋਹਣੀ ਦਸਤਾਰ ਸਜਾ ਕੇ ਕੁਰਸੀ 'ਤੇ ਅਜੀਤ ਦਾ ਅਖਬਾਰ ਜਦੋਂ ਫੜਿਆ ਹੁੰਦਾ ਨਾ ਉਹ ਜਦੋਂ ਸਿੱਧੇ ਵਾਲੇ ਪਾਸਿਓਂ ਫੜਿਆ ਹੁੰਦਾ ਇੱਕ ਪਾਸੇ ਤਾਂ ਖਬਰਾਂ ਮੇਨ ਲੱਗੀਆਂ ਹੁੰਦੀਆਂ ਨੇ ਅਤੇ ਪੁੱਠੇ ਵਾਲੇ ਪਾਸੇ ਹੇਮਾ ਮਾਲਿਨੀ ਉਹਨਾਂ ਦੀਆਂ ਫੋਟੋਆਂ ਜਦੋਂ ਉਹ ਬਜ਼ੁਰਗ ਬੈਠੇ ਪੜ੍ਹਦੇ ਹੁੰਦੇ ਨੇ ਨਾ ਸਵੇਰੇ ਲੱਤ 'ਤੇ ਲੱਤ ਧਰੀ ਹੁੰਦੀ ਤੋਂ ਕਾਂ ਕਾਂ ਦੀ ਆਵਾਜ਼ ਹੁੰਦੀ ਕਾਂ ਫਿਰਦੇ ਹੁੰਦੇ ਨੇ ਅਤੇ ਉਹ ਜਿਹੜਾ ਟਾਈਮ ਹੁੰਦਾ ਨਾ ਆਇਆ ਹੁੰਦਾ ਵੀ ਆਹ ਖੜ ਜੇ ਟਾਈਮ ਬਸ ਇੰਨਾ ਸਕੂਨ ਦਾ ਟਾਈਮ ਹੁੰਦਾ ਦਿਲ ਕਰਦਾ ਹੁੰਦਾ ਵੀ ਬਜ਼ੁਰਗ ਜਦੋਂ ਬਾਹਰ ਨੂੰ ਦੇਖਦੇ ਨੇ ਵੀ ਉਹਨਾਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇ ਦਈਏ ਪਰ ਕਰੀਏ ਕੀ ਮਜਬੂਰੀਆਂ ਨੇ ਮਜਬੂਰੀਆਂ 'ਚੋਂ ਨਿਕਲ ਨਹੀਂ ਹੁੰਦਾ ਸਾਰਿਆਂ ਦੇ ਬੱਚੇ ਸਿਆਣੇ ਆ ਸਾਰਿਆਂ ਦੇ ਕੁੜੀਆਂ ਸਿਆਣੀਆਂ ਮੁੰਡੇ ਸਿਆਣੇ ਕਰਨਾ ਚਾਹੁੰਦੇ ਆ ਪਰ ਮਜਬੂਰੀਆਂ ਦੇ ਵਿੱਚ ਮਜਬੂਰੀਆਂ ਦੇ ਵਿੱਚ ਹੈ ਨਾ ਪਰ ਇੱਥੇ ਵੀ ਹਾਲੇ ਵੀ ਜੇ ਹੁਣ ਇਸ ਸਮੇਂ ਵੀ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਉਹ ਮਾਹੌਲ ਬਣਾਉਣੇ ਹੋਣ ਤੇ ਮੈਨੂੰ ਲੱਗਦਾ ਇੱਕ ਨਾ ਆਪਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਦੋਂ ਆਪਾਂ ਪਰਿਵਾਰ 'ਚ ਬੈਠੇ ਹਾਂ ਕੰਮਾਂ ਕਾਰਾਂ ਤੋਂ ਆ ਗਏ ਜਿਹੜਾ ਇੱਕ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣਾ ਖਾਸ ਕਰਕੇ ਬਜ਼ੁਰਗ ਤੇ ਤੁਹਾਡੀ ਜਿਹੜੀ ਗਾਹਾਂ ਵਾਲੀ ਪੀੜ੍ਹੀ ਆ ਹਨਾ ਬਜ਼ੁਰਗਾਂ ਦਾ ਤੇ ਦਾਦਾ ਦਾਦੀ ਦਾ ਤੇ ਪੋਤੇ ਪੋਤੀਆਂ ਦਾ ਜਿਹੜਾ ਆਪਸ ਦੇ ਵਿੱਚ ਉਹ ਸਮਾਂ ਨਾ ਉਹ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਕੀਮਤੀ ਆ ਉਹ ਤਾਂ ਸਮਝ ਲਓ ਕਿ ਜ਼ਿੰਦਗੀ ਦੀ ਸਾਰੀ ਸਹੂਲਤ ਇੱਕ ਪਾਸੇ ਤੇ ਉਹ ਚੀਜ਼ ਇੱਕ ਪਾਸੇ ਹਨਾ ਕਿਉਂਕਿ ਉਹਦੇ ਵਿੱਚ ਨਾ ਇੱਕ ਤਾਂ ਇਹ ਆ ਵੀ ਬੱਚਿਆਂ ਨੂੰ ਆਪਣਾ ਪੁਰਾਣਾ ਜਿਹੜਾ ਕਲਚਰ ਉਹ ਪਤਾ ਲੱਗਦਾ ਜਦੋਂ ਬਜ਼ੁਰਗ ਦੱਸਦੇ ਆ ਤੇ ਫਿਰ ਬੱਚੇ ਨਾ ਉਹਨਾਂ ਦੀ ਜ਼ਬਾਨ ਆ ਜਿਹੜੀ ਸ਼ਬਦ ਉਹ ਅਡਾਪਟ ਕਰਦੇ ਆ ਬੜੀ ਛੇਤੀ ਹਨਾ ਬਹੁਤ ਛੇਤੀ ਕਈ ਵਾਰੀ ਮਾਂ ਪਿਓ ਤੋਂ ਨਹੀਂ ਸਿੱਖਦੇ ਜਿਹਨਾਂ ਦਾਦਾ ਦਾਦੀ ਤੋਂ ਸਿੱਖਦੇ ਆ ਬੜੀ ਛੇਤੀ ਸਿੱਖ ਜਾਂਦੇ ਤੇ ਫਿਰ ਜਦੋਂ ਜਿਵੇਂ ਹੁਣ ਬੱਚਿਆਂ ਦੇ ਜਿਹੜੇ ਬਜ਼ੁਰਗਾਂ ਦੇ ਸ਼ਬਦ ਆ ਬੜੇ ਉਹ ਸਲੀਕੇ ਜਿਹੇ ਵਾਲੇ ਹੁੰਦੇ ਆ ਪਿਓਰ ਪੰਜਾਬੀ ਸ਼ਬਦ ਹੁੰਦੇ ਹਨਾ ਤੇ ਜਦੋਂ ਹੁਣ ਇੱਥੋਂ ਦੇ ਜੰਮਪਲ ਬੱਚੇ ਉਹ ਤੋਤਲੀ ਜਿਹੀ ਆਵਾਜ਼ ਦੇ ਵਿੱਚ ਉਹ ਸ਼ਬਦ ਬੋਲਦੇ ਆ ਹਨਾ ਤੇ ਰੂਹ ਨੂੰ ਐਨ ਸਕੂਨ ਮਿਲਦੇ ਬੜਾ ਬੜੀ ਖੁਸ਼ੀ ਆਉਂਦੀ ਆ ਜਦੋਂ ਕਈ ਵਾਰੀ ਚਿੜੀ ਕਾਂ ਦੀ ਕਹਾਣੀ ਬੱਚੇ ਨੇ ਯਾਦ ਕਰ ਲਈ ਹੋਵੇ ਜਾਂ ਫਿਰ ਸਾਡੇ ਆਪਣੇ ਘਰ ਦੇ ਵਿੱਚ ਰਿਵਾਜ਼ ਆ ਕਿ ਗੁੜ ਦੀ ਰਿਓੜੀ ਸ਼ੱਕਰ ਭੋਰੀ ਹਨਾ ਤੁਹਾਡੇ ਕਹਿੰਦੇ ਇਹ ਕਹਿੰਦੇ ਉਂਗਲ ਤੇ ਐਂ ਕਰਕੇ ਹਨਾ ਤੇ ਉਹ ਜਿੱਦਾਂ ਬੱਚੇ ਜਦੋਂ ਜਦੋਂ ਛੋਟੇ ਸੀ ਸਾਰਿਆਂ ਨੂੰ ਇਹ ਰਟਾਈ ਹੋਈ ਸੀ ਤੇ ਫਿਰ ਉਹਨਾਂ ਨੇ ਜਦੋਂ ਤੋਤਲੀ ਜੀ ਜ਼ਬਾਨ ਦੇ ਵਿੱਚ ਮੈਂ ਕਹਿੰਦਾ ਅੱਛਾ ਮੇਰੇ ਘਰ ਦੋ ਗੁੜ ਦੀ ਰਿਓੜੀ ਹਨਾ ਫਿਰ ਉਹਨਾਂ ਲੱਗ ਜਾਂਦਾ ਗੋਦੀ ਲੋਲੀ ਉੱਤੇ ਸ਼ੱਕਰ ਭੋਰੀ ਜਿੱਦਾਂ ਆਪਣੀ ਜ਼ਬਾਨ ਦੇ ਵਿੱਚ ਹਨਾ ਤੇ ਉਹ ਇਹ ਚੀਜ਼ ਨਾ ਹਲੇ ਵੀ ਆਪਾਂ ਨੂੰ ਜ਼ਰੂਰ ਇਨਕਰੇਜ ਕਰਨੀ ਚਾਹੀਦੀ ਹੈ ਉਤਸ਼ਾਹਿਤ ਕਰਨੀ ਚਾਹੀਦੀ ਹੈ ਇੱਕੋ ਮੈਂ ਭੁੱਲ ਗਿਆ ਥੋੜੇ ਮੇਰੇ ਦਿਮਾਗ 'ਚ ਨਿਕਲ ਗਿਆ ਵੀ ਐਂ ਜੇ ਕਰਕੇ ਕਹਿੰਦੇ ਸੀ ਆਹ ਪੈੜ ਜਾਂਦੀ ਆ ਉਹ ਇਹੀ ਕਹਿੰਦੇ ਸੀ ਗੁੜ ਦੀ ਰਿਓੜੀ ਉੱਤੇ ਸ਼ੱਕਰ ਭੋਰੀ ਹਨਾ ਤੇ ਇੱਥੇ ਮੇਰਾ ਗੁਗਲ ਜਾਂਦਾ ਹਾਂ ਪਤਾ ਨਹੀਂ ਆਹ ਪੈੜ ਜਾਂਦੀ ਕਿਹਨੇ ਦੇਖਿਆ ਕਿਸੇ ਨੇ ਦੇਖਿਆ ਭਾਈ ਓਏ ਆਹ ਪੈੜ ਜਾਂਦੀ ਆਹ ਪੈੜ ਜਾਂਦੀ ਲੱਗ ਗਿਆ ਅੱਛਾ ਲੱਗਦਾ ਜਵਾਬ ਕਿਆ ਕਿਆ ਬਾਤ ਹੈ ਇਹ ਹੁੰਦੀ ਸੀ ਹਾਂ ਖੇਡਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਸੀ ਤੋ ਖੇਡਾਂ ਬੜੀਆਂ ਸੋਹਣੀਆਂ ਹੁੰਦੀਆਂ ਸੀ ਤੇ ਜਿਵੇਂ ਹੁਣ ਨਿੱਕੀਆਂ ਨਿੱਕੀਆਂ ਖੇਡਾਂ ਚਿੜੀ ਉਡਕਾਂ ਉਡ ਉਹ ਵੀ ਆਪਾਂ ਬੱਚਿਆਂ ਨਾਲ ਖੇਡ ਸਕਦੇ ਮੈਨੂੰ ਲੱਗਦਾ ਬਹੁਤ ਪਰਿਵਾਰ ਆ ਜਿਹੜੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਵੀ ਆ ਹਨਾ ਸੋ ਵਧੀਆ ਲੱਗਦਾ ਫਿਰ ਉਹ ਜਦੋਂ ਬਾਅਦ ਚ ਲੂਣ ਮਿਰਚ ਮਸਾਲਾ ਹਾਂ ਲੂਣ ਮਿਰਚ ਮਸਾਲਾ ਐਂ ਕਰਕੇ ਮੈਂ ਲੂਣ ਮਿਰਚ ਮਸਾਲੇ ਵਾਲੀ ਇੱਕ ਵੀਡੀਓ ਦੇਖੀ ਟਿਕਟੌਕ ਤੇ ਹਾਂਜੀ ਉਹ ਨਾ ਪਾਕਿਸਤਾਨ ਦੀ ਸੀ ਮੇਰੇ ਖਿਆਲ ਉਹ ਇੱਕ ਛੋਟੀ ਬੱਚੀ ਬੈਠੀ ਆ ਮੈਨੂੰ ਲੱਗਦਾ ਹੁਣੀ ਆ 4 ਕੁ ਸਾਲ ਦੀ ਤੇ ਬੇਟਾ ਹੋਣਾ ਵਾ ਉਹ 6 ਕੁ ਸਾਲ ਦਾ ਉਹ ਆਪਣੇ ਫਾਦਰ ਸਾਹਿਬ ਨਾਲ ਬੈਠੇ ਖੇਡਦੇ ਆ ਹਨਾ ਉਹ ਐਂ ਕਰਕੇ ਜਦੋਂ ਉਹ ਮੁੰਡੇ ਦੀ ਵਾਰੀ ਆ ਜਾਂਦੀ ਆਪਣੇ ਫਾਦਰ ਦੇ ਮਾਰਦਾ ਉਹ ਫਾਦਰ ਦੇ 2-3 ਵਾਰੀ ਮਾਰਦਾ ਉਹਨਾਂ ਦੇ ਤੇ ਬੱਚੀ ਬੈਠੀ ਦੇਖਦੀ ਹੁੰਦੀ ਹੈ ਫਿਰ ਬੱਚੀ ਦੀ ਵਾਰੀ ਆ ਜਾਂਦੀ ਹੈ ਵੀ ਚੱਲੋ ਵੀ ਤੂੰ ਕਰ ਹੁਣ ਉਹਨੇ ਹੱਥ ਫੜੇ ਐਂ ਕਰਕੇ ਪਿਆਰ ਕਰ ਲਿਆ ਉਹ ਪਿਓ ਫਾਦਰ ਉਹਦੇ ਬੈਠ ਕੇ ਉਹਨੂੰ ਚੁੰਬੜ ਕੇ ਬਰੋਣ ਲੱਗ ਗਿਆ ਵਿਚਾਰਾ ਉਹ ਕਹਿੰਦੇ ਮੈਂ ਨੀ ਮਾਰਨਾ ਤੇਰੇ ਵੀ ਉਹਨੇ ਮਾਰਿਆ ਤੇਰੇ ਉਹ ਮੁੜ ਕੇ ਮੁੰਡਾ ਵੀ ਸ਼ਰਮ ਜਾ ਹੋ ਗਿਆ ਉਹ ਵੀ ਕੋਲੇ ਹੋ ਗਿਆ ਮੈਨੂੰ ਪਤਾ ਹੀ ਨਹੀਂ ਸੀ ਮੈਂ ਸੋਚਿਆ ਭਾਈ ਧੀਆਂ ਦਾ ਘਰ 'ਚ ਨਾ ਬਹੁਤ ਕਿਸਮਤ ਵਾਲਿਆਂ ਦੇ ਹੁੰਦੀਆਂ ਹਨਾ ਤੇ ਉਹਦੇ ਮੈਂ ਇੱਕ ਦਿਨ ਆਹ ਇਸੇ ਕਨਸੈਪਟ ਤੇ ਮੈਨੂੰ ਯਾਦ ਆ ਗਿਆ ਮੈਂ ਇੱਕ ਦਿਨ ਕਿਸੇ ਨਾ ਪਾਕਿਸਤਾਨੀ ਰਾਈਟਰ ਦੀ ਇੱਕ ਗੱਲ ਸੁਣਦੀ ਸੀ ਹਨਾ ਕਹਿੰਦੇ ਜਦੋਂ ਰੱਬ ਦੀ ਮਿਹਰ ਹੁੰਦੀ ਆ ਹਨਾ ਕੁਦਰਤ ਦੀ ਮਿਹਰ ਹੁੰਦੀ ਆ ਤੁਹਾਡੇ ਤੇ ਨਿਆਮਤ ਹੁੰਦੀ ਆ ਉਦੋਂ ਉਹ ਧੀਆਂ ਤੁਹਾਡੇ ਘਰੇ ਭੇਜਦਾ ਹਨਾ ਕੁਦਰਤ ਦੀ ਬਖਸ਼ਿਸ਼ ਹੁੰਦੀ ਆ ਸੋ ਧੀਆਂ ਤਾਂ ਮੈਨੂੰ ਲੱਗਦਾ ਵੀ ਕੋਈ ਲਫ਼ਜ਼ ਹੀ ਨਹੀਂ ਹੁੰਦੇ ਅਲਫਾਜ਼ ਹੀ ਨਹੀਂ ਹੁੰਦੇ ਮਾਪਿਆਂ ਦੇ ਨਾ ਚਿਹਰੇ ਤੋਂ ਧੀਆਂ ਪਛਾਣ ਜਾਂਦੀਆਂ ਵੀ ਇਹ ਖੁਸ਼ ਆ ਉਦਾਸ ਆ ਤੇ ਆਮ ਤਾਂ ਆਪਾਂ ਦੇਖਦੇ ਹਾਂ ਜਦੋਂ ਖੈਰ ਤੁਸੀਂ ਤਾਂ ਮੈਨੂੰ ਪਤਾ ਬਹੁਤ ਪਿਆਰ ਕਰਦੇ ਹੋ ਬਹੁਤ ਸਾਰੇ ਆਪਣੇ ਸੁਣਨ ਵਾਲੇ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੇ ਆ ਪਰ ਇਹ ਨਾ ਇੱਕ ਹਿਊਮਨ ਬ੍ਰੇਨ ਨੂੰ ਜਦੋਂ ਆਪਾਂ ਇਨਸਾਨੀ ਦਿਮਾਗ ਨੂੰ ਪੜ੍ਹਦੇ ਹਾਂ ਇੱਕ ਜਿਹੜਾ ਫੀਮੇਲ ਬ੍ਰੇਨ ਹੁੰਦਾ ਸੋ ਉਹਦੀ ਇਹ ਖੂਬਸੂਰਤੀ ਹੁੰਦੀ ਆ ਉਹਦੇ ਵਿੱਚ ਜਿਹੜੇ ਕੈਮੀਕਲਸ ਆ ਜਾਂ ਹਾਰਮੋਨਸ ਆ ਇਸ ਤਰ੍ਹਾਂ ਦੇ ਨਾਲ ਉਹ ਬੜੇ ਵਿਲੱਖਣ ਹੁੰਦੇ ਆ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਅਸੀਂ ਉਹਦੀ ਬਰੀਕੀ ਦੇ ਨਾਲ ਜਾਂਚ ਕਰ ਲੈਂਦੇ ਹਾਂ ਆਟੋਮੈਟਿਕਲੀ
है ना। इसे तरह ही जो तुसी देखियो भी किते मल्टीटास्किंग करनी हो, फॉर एग्जाम्पल घरे माता नाले तो रोटी बनाई जाती है, एक पासे सब्जी चो कड़छी मारी जाती, एक पासे जो उन्हें दुध बना रखा हो जाग लाना, तो नाले उहदा ध्यान पिछे बच्चों च भी हुंदा वी भाई कौन की है ना। तो एवं जे कोई मेल ब्रेन आ जिहड़े बंदे आ उहनां दा दिमाग आ उहनां ने एक समय ते एक काम की करना, बिलकुल इहदे च कोई गलत जां सही नहीं है, उहनां दे ब्रेन ही इस तरह दे वर्क। सो इस तरीके नाल जदों असीं ना चेहरे देखदे आ मापिआं दे ते सानूं उह चेहरे दे विच बहुत कुछ सतों पढ़िया जांदा, अखां दे विच नमी आ कि अखां दे विच खुशी आ, चेहरे ते रौनक आ कि चेहरे ते उदासी आ, जानी असीं एक निगाह दे विच उह सारीआं चीज़ां स्कैन कर लैणियां, इह फर्क आ। ते मुंडिआं नूं जिद्दां कहता वी हाँ माता ठीक आ, माता ने कहता हाँ ठीक आ, तुसीं समझ लिआ वी हाँ ठीक आ, वी ठीक क्या होणा ठीक ही आ, है ना। ते कुड़ियां ने जदों कहणा वी हाँ जी माता ठीक हो, उहनां दे कहण तों पहलां उहनां नूं इह चीज़ सेंस हो जाणी आ वी हुण इह की कहण लगे। जे मेरे अर्गा मैं स्नो कठी कर ला, स्नो कठी करके अंदर आने के बाद मैं कह हूं ए कर हूं अपनी ना टूटी जी ली कोई मर्जी ठीक कर दे, क्यों हूं तो स्नो कठी करके आया कर दे ठीक, बह लैना तो 10 मिनट सह लै लेना, पर औरत ने नहीं कहना, चाहे वह कुड़ी है चाहे वह घर वाली है चाहे वह माँ वा चाहे भैन आ जो भी है उन्हें नहीं करना। देख लियो तुम जो परिवार अक्सर ही देखते रहने सवेरे लंच बनाने तो स्टार्ट हो जाता काम, सब तो पहला जो बंदा उठता लंच बना औरत होंगी, सवेरे उठना सब तो पहला, तो बाद सौना सब तो लेट जी। रात नूं जे मैं एक गल होर नोट करिए, जे रात नूं जाग भी लाया होवे ना कहिंदे भी हाँ जाग लैणा 8 बजे जाग लै, भी रात नूं 12 बजे नूं कढ के सौना, नहीं तां सवेर नूं खट्टा हो जाणा, इह भी ड्यूटी आ, सारा टब्बर सौं जांदा, सवेरे लंच बनाउणी, सारा टब्बर सुत्ता पिया हुंदा, अलार्म लावे चाहे उह बेचारी जागदी रहे चाहे उह जिवें मर्जी आपदा टाइम पास करे, पर उहने 12 बजे जाग दही वाला कढ के कौला कपड़ा ला के ते फ्रिज दे विच धर के फिर सौना, एडियां ड्यूटियां ने जे ढंगियाई नाल देखदे आ ना, कई वारी कहिंदे ला घरे बैठे आ थोनू की कम आ, पर इन्ना कम जी कमाल दी गल है। खास करके ना जिहड़ियां साडियां भैणां जदों आपां कहि दिंदे अच्छा हाउस वाइफ आ कि तुसीं तां घर ही रहिंदे हो, ओह जिहड़ी ड्यूटी मैनूं लगदा सब तों सख्त आ, क्योंकि जदों तुसीं कम ते जांदे हो उत्थे थोड़ी कॉफी ब्रेक आ, फिर लंच ब्रेक आ गई, फिर कॉफी ब्रेक आ गई, ते विचों तुसीं चलो जे तुहाडा मन नहीं तुसीं कम थोड़ा हौली भी कर सकदे आ, जे कोई लिखत पढ़त वाला किसे तरहां दा भी कम आ, ते जे घर आ ते घर तुहानूं पता वी भाई इन्ने तों इन्ने वजे तक मैं कपड़े लॉन्ड्री च पाउणे आ, इन्ने तों इन्ने वजे तक सफाई करनी, फिर बच्चियां ने आ जाना उन्हां दे खाण दा कुछ इंतजाम करना, फिर डिनर दा। सो ये तां चल सो चल आ 24 घंटे 24/7 मैं घर दे विच कई वारी मैं बड़ा कुछ खाण नूं बणाउंदा नहींगा, हां जी, पर मैं जे कई वारी कोशिश करना चल अज मैं अंड्यां दी भुर्जी बना लैना, मैनूं इन्ना की लड़ाइयां मैं बस वी अंड्यां दी भुर्जी बना लै, भुर्जी बनाउण की बस अंडे भन्ने विच लूण मिर्च पाया, जे मैं बनाउण लग गया तां मैं बनाउणा वां विच उहदे मैं सॉल्ट पा के सॉल्ट रखता जां कुछ, ऐ मेरे कोल किसे ने आ के कहता घरदिआं ने वी ਬਈ ਤੂੰ ਆਪ ਲੂਣ ਪਾ ਲੈ ਖੜ ਜਾਓ, ਮੈਂ ਇੰਨਾ ਆਪਣਾ ਮੈਂ ਇੰਨਾ ਕਹਿੰਦਾ ਖੜ ਜਾਓ, ਮੈਨੂੰ ਮੈਂ ਭੁਲਾ ਨਾ ਦਿਓ, ਮੈਂ ਮੈਨੂੰ ਇੱਧਰ ਕਰ ਲੈਣ ਦਿਓ, ਮੈਂ ਜਦ ਕਰੀ ਜਾਂਦਾ ਕਿਉਂ ਬੱਚਾ ਕਿਆ ਕਰੀ ਜਾਂਦੇ, ਮੈਂ ਉਹਨਾਂ ਨੂੰ ਪੋ ਕਹਿੰਦੇ ਵੀ ਕਿਹਾ ਹੀ ਆ ਤੈਨੂੰ ਭਾਈ ਤੂੰ ਹੀ ਕਾਹਨੂੰ ਖਾਣ ਪੈਂਦਾ, ਉਹ ਟਾਈਮ ਸੱਚੀ ਗੱਲ ਆ ਬਾਹਲੇ ਬੰਦਿਆਂ ਤੋਂ ਉਹ ਟਾਈਮ ਨਾ ਆਪਣੇ ਬਾਹਰ ਹੋ ਜਾਂਦੇ ਵੀ ਹੁਣ ਮੈਂ ਕੁਛ ਕੰਮ ਕਰ ਰਿਹਾ, ਪਰ ਜਿਹਨਾਂ ਨੇ ਦਾਲਾਂ ਵੀ ਬਣਾਉਣੀਆਂ ਸਬਜ਼ੀਆਂ ਬਣਾਉਣੀਆਂ ਰੋਟੀਆਂ ਪਕਾਉਣੀਆਂ ਮੱਖਣ ਰੱਖਣਾ ਸਾਈਡ ਤੇ, ਫਿਰ ਕਹਿੰਦੇ ਅਦਰਕ ਦਾ ਅਚਾਰ ਵੀ ਸਾਈਡ ਤੇ ਰੱਖ ਦਿਓ ਭਾਈ, ਫਿਰ ਰੋਟੀ ਵੀ ਮੇਰੇ ਤਾਂ ਘਰੇ ਖਾਸ ਕਰਕੇ ਵੀ ਮਾਤਾ ਨੂੰ ਵਿਚਾਰੀ ਨੂੰ ਨਾ ਸਾਰਿਆਂ ਦੀਆਂ ਮਾਵਾਂ ਹੀ ਪਿਆਰ ਕਰਦੀਆਂ ਨੇ ਸਾਰਿਆਂ ਦੀਆਂ, ਪਰ ਮੈਂ ਜਦੋਂ ਰੋਟੀ ਖਾਂਦਾ ਹੁੰਦਾ ਤੇ ਜੇ ਮੇਰੇ ਕੋਲ ਰੋਟੀ ਪਈ ਆ, ਮਾਤਾ ਨੇ ਇੱਕ ਰੋਟੀ ਪਕਾਈ ਸਾਰੇ ਟੱਬਰ ਦੀ ਰੋਟੀ ਬਣਦੀ, ਮੇਰੀ ਇੱਕ ਰੋਟੀ ਪਈ ਆ ਮੈਂ ਚੋ ਖਾਂਦਾ, ਜਦੋਂ ਦੂਜੀ ਰੋਟੀ ਆਉਣੀ ਆ ਜੇ ਮੈਨੂੰ ਵਿੱਚ ਫੋਨ ਆ ਗਿਆ ਕਿਸੇ ਦਾ ਤਾਂ ਤਵਾ ਚੱਕ ਦੇਣਾ, ਰੋਟੀ ਵੀ ਚੱਕ ਲੈ ਜਾਂਦੇ ਹੌਲੀ ਦੇ, ਪਤਾ ਲੱਗਦਾ ਕਿ ਰੋਟੀ ਚੱਕ ਲੈ, ਜਦੋਂ ਮੈਂ ਫੋਨ ਕਰਦਾ ਮੈਂ ਰੋਟੀ ਉਹ ਤੇ ਠੰਡੀ ਹੋ ਗਈ ਸੀ ਨਾ ਰੋਟੀ, ਫਿਰ ਤਾਂ ਬਾਅਦ ਧਰਨਾ ਬਸ 1 ਮਿੰਟ ਪਾ ਗਈ ਰੋਟੀ ਗਰਮ ਕਰਨ, ਇੰਨੀ ਗਰਮ ਰੋਟੀ ਖਾਂਦਾ ਮੈਂ ਜ਼ਿੰਦਗੀ ਦੇ 40ਵੇਂ ਸਾਲ ਚ ਮੈਂ ਚਲਿਆ ਗਿਆ, ਜਦੋਂ ਤੋਂ ਮੈਨੂੰ ਸੁਰਤਾ 4-6 ਸਾਲ ਤੋਂ ਲੈ ਕੇ 40ਸਾਲਾਂ ਤੱਕ ਅੱਜ ਤੱਕ ਵੀ ਮੈਂ ਕਦੇ ਸ਼ਾਬੇ ਦੇ ਵਿੱਚੋਂ ਐਂ ਠੰਡੀ ਰੋਟੀ ਚੱਕ ਕੇ ਮੈਂ ਇੱਕ ਦਿਨ ਸਿੰਗਲ ਡੇ ਵੀ ਨਹੀਂ ਖਾਧੀ, ਇੱਕ ਬੁਰਕੀ ਵੀ ਮੈਂ ਖਾ ਲਈ, ਗਰਮ ਰੋਟੀ ਮਿਲਣੀ ਇਹ ਇਹ ਨਾ ਇਹ ਰੱਬ ਦੀ ਮਿਹਰ ਆ। ਸੋ ਇਹਦੇ ਲਈ ਤਾਂ ਆਪਾਂ ਨਾ ਧੰਨਵਾਦ ਸ਼ੁਕਰਾਨੇ ਹੀ ਕਰ ਸਕਦੇ ਹਾਂ, ਕਿਉਂਕਿ ਇਹ ਚੀਜ਼ਾਂ ਤੁਸੀਂ ਨਾ ਮਾਂ ਦਾ ਪਿਆਰ ਤਾਂ ਖੈਰ ਮਾਂ ਦੀਆਂ ਅਸੀਸਾਂ ਇਹ ਤਾਂ ਤੁਸੀਂ ਕਦੇ ਖਰੀਦਣ ਬਾਰੇ ਸੋਚ ਵੀ ਨਹੀਂ ਸਕਦੇ, ਵੈਸੇ ਵੀ ਕਿਸੇ ਤੋਂ ਤੁਸੀਂ ਚੰਗੇ ਜੈਸਚਰ ਦੀ ਉਮੀਦ ਕਰੋ, ਕਿਸੇ ਤੋਂ ਤੁਸੀਂ ਸੋਚੋ ਵੀ ਸਾਡੇ ਲਈ ਕੁਛ ਉਹ ਚੰਗਾ ਕਹਿੰਦੇ ਆ ਜਾਂ ਸਾਨੂੰ ਕੋਈ ਚੰਗੀ ਦੁਆ ਵੀ ਦਿੰਦੇ ਆ,
मम्मी ने रोटी पकाई दिने उन्होंने बनाई होनी ने मक्की दी रोटियां सुन दे टीवी बैठे दिने उन्होंने बनाई मक्की दी रोटियां शाम कणक दी रोटियां बनाई सारे जिहड़ियां दो मक्की दी रोटियां बच गईयां उन्होंने गर्म करियां गाजरां दी सब्जी नाल गर्म करियां ते एंड च जिहड़ी आटे वाली बच गई उहदा दो तस्वीर दी जिहड़ी बणी पईयां उह गर्म करके रख लिया उन्होंने ते एंड नूं कहिंदे वड्डा सारा पेड़ा बच गया इक बी जी हुण मम्मी कहिंदे वी जिहदे चों मैं आटा तोड़ूं तां उह पिछे छोटा बच जाणा वा जे मैं बड़ी रोटी बनाउनी है फिर मोटी बन जाने खाने बड़ी फुलनी नहीं स्वाद नहीं लगनी कहिंदे उन्होंने चलो एक परौठा बना लिया उन्होंने अच्छा दो मक्की दी रोटियां रख लिया एक बड़ा सारा परौठा रख लिया मैं जो मेरे को प्लेट लैके लंघे मैं सोचा दिमाग दे विच भी मम्मी तां नहीं रोटी खांदे नहीं भी अज दो मक्की दियां ते तीजा परौठा भी रख लिया मैं बैठा नाल इन्हां नाल गल्लां करी नाले मैं सोची जावां मम्मी तां दो रोटियां तों वध करे अज तक रोटी नहीं खाधी भाई दो मम्मी ने धक्के चुके नाल रोटियां खा लिया खाण तों बाद कहिंदे ऐ कर बैठे मैं की हो गया मैं तां बस हो गई अज मैं तो नींद नहीं आनी रात में मैं तो वाक कर गया मैं तो बहुत औखे दूजे दिन उन्होंने सवेरे उठ के रोटी नहीं खाधी इन्ना रज रहा पर मैनू पहले ही पता लग गया मम्मी ने औखे होना देख लो इन्ना आप एक दूजे समझ जाने फिर खैर यही गल होंगी है भी जिदा ना ये भी लेडीज का एक सुभा होंगे है ना जिम्मे समझ लो बच्चे ने रोटी खाधी है जे बुरकी बुरकी बच गई है ना जा कुछ दाल सब्जी बच गई है ना तो पता नहीं क्यों मैनू लगता जो असी औरतां जिहड़ियां मावां बन जांदियां ना फिर सातो चीज सिटी भी जाती है ना ते फिर ए भी हुंदा भी बेही चीज गां बच्चियां नूं तां असीं बिल्कुल ना दईए ओ कदे कदे इस चक्कर च ना आप जिवें हुण माता जी औखे होए तां औखे होणा पैंदा वा इसे तरह ही हुंदा है ना जी 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 बिल्कुल ते पर अज असीं फिर तो दस दईए भाई परिवारां नूं असीं बहुत अज मिस कीता क्योंकि जदों तुसीं साडे नाल अपने बोल सांझे करदे हो ते वाहवा रौनक लगी रहिंदी है सानूं भी बहुत चंगा लगदा ते अज इदां लगदा वा भी खैर आपां वी आपस चल अज बथेरे दुख सुख गल्लां पता कर लईआं हैना ते पर जिहड़ी ओह शिरकत हुंदी है जिहड़े परिवारां दी विच उहनां दा योगदान हुंदा ओह अज असीं भी महसूस कर रहे हां थोड़ा घट है बिल्कुल जी नाले जिहड़ा साडा प्रोग्राम हुंदा परिवारां नूं असीं अक्सर ही दसदे रहिंदे हां भी जिहड़ा इक साडा प्रोग्राम असीं इह सोच के आउंदे हुंदे हां भी भाई इक घरेलू जिहा जिवें आपां घर दे विच आम बैठे लोई दियां बुकलां बीबियां ने सौल दी बुकल मार के आपां परिवार दे विच मंजियां ते बैठ के गल्लां करदे आं धूणियां बाल के गल्लां करदे आं वी उदां दियां आम हल्कियां फुल्कियां जिहियां गल्लां तुहाडे नाल करिए तां कि स्ट्रैस दे भरे आपां सारे स्ट्रैस दे विच मैं भी लवी जी भी आपां परिवार सारे किसी ना किसी दी हरेक नूं स्ट्रैस हैगे वी आपां स्ट्रैस दूर करन दी कोशिश करिए ते नाल दी नाल जिहड़ियां कुछ गल्लां कोई पंजाबी दे लफ्ज़ जां ओह कुछ रीति रिवाज जिहड़े आपां ਕਿਤੇ ਨਾ ਕਿਤੇ ਭੁੱਲ ਚੁੱਕੇ ਹਾਂ ਉਹ ਆਪਾਂ ਦੁਬਾਰ ਤੋਂ ਯਾਦ ਰੱਖੀਏ ਹੈ ਨਾ ਤੇ ਉਹ ਉਹਦੇ ਕਰਕੇ ਇੱਕ ਪ੍ਰੋਗਰਾਮ ਸੋਹਣਾ ਜਿਹਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸੋ ਜੇ ਤੁਹਾਨੂੰ ਪ੍ਰੋਗਰਾਮ ਸੋਹਣਾ ਲੱਗਦਾ ਹੁੰਦਾ ਤਾਂ ਸਾਨੂੰ ਮੈਸੇਜ ਕਾਲ ਈਮੇਲ ਜ਼ਰੂਰ ਕਰਦਿਆ ਕਰੋ ਅੱਜ ਚਲੋ ਸਾਡਾ ਫੋਨ ਨਹੀਂ ਚੱਲਿਆ ਪਰ ਨੈਕਸਟ ਟਾਈਮ ਤੋਂ ਜਦੋਂ ਵੀ ਸਾਡਾ ਫੋਨ ਚੱਲਦਾ ਹੁੰਦਾ ਸਾਡੇ ਸ਼ੋਆਂ ਦੇ ਵਿੱਚ ਜ਼ਰੂਰ ਕਾਲ ਕਰਕੇ ਇੱਕ ਥੋੜ੍ਹਾ ਜਿਹਾ ਚਾਹੇ ਇੱਕ ਮਿੰਟ ਲਈ ਕਹਿ ਦਿਆ ਕਰੋ ਵੀ ਭਾਈ ਤੁਹਾਡਾ ਸ਼ੋਅ ਸੋਹਣਾ ਹੁੰਦਾ ਜੇ ਕੁਛ ਤੁਹਾਨੂੰ ਲੱਗਦੀ ਉਨੀ ਕਿ ਤਾਂ ਵੀ ਦੱਸ ਦਿਆ ਕਰੋ ਤੇ ਸਾਨੂੰ 10 ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਹੌਸਲੇ ਜੇ ਨਾਲ ਪਿਆਰ ਨਾਲ ਤੁਹਾਡੇ ਨਾਲ ਤੇ ਅਸੀਂ ਕਰੀ ਜਾਈਏ ਪ੍ਰੋਗਰਾਮ ਬਿਲਕੁਲ ਜੀ ਤੇ ਅਗਲੀ ਵਾਰੀ ਨਾ ਮੈਂ ਕਹਿੰਦੀ ਆਪਾਂ ਪ੍ਰੋਗਰਾਮ ਜ਼ਰੂਰ ਇਹ ਜ਼ਿਕਰ ਕਰਾਂਗੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਅਲੋਪ ਹੋ ਰਹੇ ਸ਼ਬਦ ਹਾਂ ਹੈਨਾ ਚਾਹੇ ਕਿਸੇ ਕੋਈ ਪੁਰਾਣੇ ਤੋਂ ਪੁਰਾਣਾ ਸ਼ਬਦ ਤੁਹਾਡੇ ਬਜ਼ੁਰਗ ਕਹਿੰਦੇ ਹੋਣ ਤੇ ਹੁਣ ਤੁਹਾਨੂੰ ਲੱਗਦਾ ਵੀ ਬਹੁਤ ਦੇਰ ਹੋ ਗਈ ਉਹ ਲਫ਼ਜ਼ ਨਹੀਂ ਸੁਣਿਆ ਸੋ ਇਹਦੇ ਬਾਰੇ ਵੀ ਕਦੇ ਗੱਲ ਕਰਾਂਗੇ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਪਰ ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਬਿਲਕੁਲ ਨਹੀਂ ਦਿੰਦਾ ਤੇ ਸਾਡਾ ਸਮਾਂ ਜ਼ਰੂਰ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਪਰ ਜਾਂਦੇ ਹੋਏ ਸਾਡੇ ਸਪੋਂਸਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੰਧੂ ਐਂਡ ਸਰਾ ਮੋਰਗੇਜਸ ਜੇ ਬੈਂਕ ਤੁਹਾਨੂੰ ਕਹਿੰਦੀ ਆ ਨਾ ਤੇ ਪਹੁੰਚੋ ਸੰਧੂ ਐਂਡ ਸਰਾ ਤੇ ਫਟਾਫਟ ਤੁਸੀਂ ਆਪਣੀ ਮੋਰਗੇਜ ਅਪਰੂਵ ਕਰਾਓ ਬਿਲਕੁਲ ਜੀ ਐਮਪੀ ਟਾਇਰ ਤੋਂ ਸੋਹਣੇ ਸੋਹਣੇ ਟਾਇਰ ਪਵਾਓ ਤੇ ਟਾਇਰ ਪਵਾ ਕੇ ਆਉਂਦੇ ਹੋਏ ਸ਼ਾਹੀ ਕੇਟਰਿੰਗ ਤੋਂ ਖਾਣ ਪੀਣ ਦਾ ਸਮਾਨ ਜਿਹੜਾ ਉਹ ਚੱਕੋ ਤੇ ਘਰੇ ਆਓ ਬੈਠ ਕੇ ਆਪਣੇ ਪਰਿਵਾਰ 'ਚ ਛਕੋ ਸੋ ਬਿਲਕੁਲ ਜੀ ਆਪਣਾ ਧਿਆਨ ਰੱਖੋ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਪਰਿਵਾਰਾਂ ਦਾ ਧਿਆਨ ਰੱਖੋ ਪਿੱਛੇ ਜਿਹੜੇ ਆਪਣੇ ਜਿਨ੍ਹਾਂ ਦੇ ਨਾਲ ਪੜ੍ਹੇ ਆ ਵੱਡੇ ਖੇਡੇ ਆ ਜਿਹੜੇ ਹੁਣ ਵਿਚਾਰੇ ਔਖੇ ਟਾਈਮ ਦੇ ਵਿੱਚੋਂ ਲੰਘ ਰਹੇ ਨੇ ਉਹਨਾਂ ਦਾ ਵੀ ਧਿਆਨ ਰੱਖੋ ਜੀ ਤੇ ਟਾਈਮ ਹੋ ਗਿਆ ਕਿਉਂਕਿ ਹੁਣ ਅੱਖਾਂ ਕੱਢ ਰਹੇ ਨੇ ਸਾਰੇ ਜਾਣੇ ਵੀ ਭਾਈ ਰਫਤਾਰ ਖਿੱਚ ਥੋੜਾ ਜਿਹਾ ਕੀ ਲਈ ਸੋ ਧਿਆਨ ਰੱਖਿਓ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਮੰਗਲਵਾਰ ਤੁਹਾਡਾ ਸਾਡਾ ਰੱਬ ਰਾਖਾ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।